ਬਾਦਲ ਸਾਹਿਬ ਦੀ ਚਰਚਾ ਹੋ ਰਹੀ ਹੈ ਫੇਸਬੁੱਕ ਤੇ ਬਹੁਤ ਲੋਕ ਨੇ ਜਿਹੜੇ ਉਹਨਾਂ ਨੂੰ ਕਹਿ ਰਹੇ ਆ ਕਿ ਇੱਕ ਬਾਬਾ ਬੋਰ ਸੀ ਜਿਨ੍ਹਾਂ ਨੇ ਇਸ ਦੇਸ਼ ਦੀ ਰਾਜਨੀਤੀ 'ਚ ਵੱਡਾ ਰੋਲ ਲਵਾਇਆ ਔਰ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਉਹਨਾਂ ਦਾ ਰੋਲ ਨੈਗੇਟਿਵ ਰਿਹਾ ਉਹਨਾਂ ਨੇ ਪੰਜਾਬ ਨੂੰ ਦਿਤਾਦੀ ਆ ਪੰਜਾਬ ਨੂੰ ਲੁੱਟ ਕੇ ਖਾ ਲਿਆ ਐਦਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਦਰਮਿਆਨ ਕਈ ਸਾਲ ਇਹਨਾਂ ਨੇ ਜੇਲ੍ਹ ਦੇ ਵਿੱਚ ਵੀ ਸਮਾਂ ਗੁਜ਼ਾਰਿਆ ਜੇਲ੍ਹ ਤਾਂ ਕਿਹੜੀ ਜੇਲ੍ਹ ਹੈ ਨਾ ਵਾਸਤੇ ਤਾਂ ਕਿਹੜੀਆਂ ਜੇਲ੍ਹਾਂ ਹੋਣਗੀਆਂ ਰਸਤਾ ਉਹਨਾਂ ਦੀ ਆਗੇ ਬੰਦੇ ਫ੍ਰੀ ਪਲਾਨ ਵੀ ਹੁੰਦਾ ਸਾਰਾ ਪਹਿਲਾ ਜਿਹੜਾ ਇਹਨਾਂ ਨੇ ਕਾਨ ਕਰਾਇਆ ਉਹ ਇਹਨਾਂ ਨੇ ਕਰਾਇਆ 78 ਨਰਕਾਰੀਆਂ ਆ। ਅੱਛਾ ਇਹ ਬਾਦਲ ਸਾਹਿਬ ਉਹਨਾਂ ਦੀ ਪਾਰਟੀ ਸੀ ਉਹਦੀ ਅਗਵਾਈ ਚ ਹੋਇਆ। ਬਾਦਲ ਸਾਹਿਬ ਨੇ ਕਰਾਇਆ ਜੀ ਪਾਰਟੀ ਨੂੰ ਕਿਹੜਾ ਪੁੱਛਦਾ ਸੀ। ਜੋ ਗੁਰੂ ਸਾਹਿਬ ਨੇ ਖੜੇ ਰੱਖਿਆ ਸੀ ਤੇ ਬਾਬਾ ਉੱਚਾ ਹੋ ਕੇ ਬੈਠਾ ਸੀ ਗੱਦੀ ਤੇ ਉੱਥੇ ਫਾਇਰਿੰਗ ਹੋਈ ਫਿਰ ਫਾਇਰਿੰਗ ਵੀ 1 ਤਰਤੀ ਹੋਈ 1 ਤਰਤੀ ਹੋਈ। 13 ਦੇ 13 ਸੈਠੀ ਸ਼ੀਜ਼ ਹੋਏ ਉੱਥੇ। ਨਰਕਾਰੀ ਕੋਈ ਨਹੀਂ ਮਰਿਆ। ਫਾਇਰਿੰਗ ਕਿਹਣਾ ਬੰਦੂ ਕੀਤੀ ਜੀ ਨਰਕਾਰੀਆਂ ਨੂੰ। ਦਖਾ ਦੀਆਂ ਲਾਸ਼ਾਂ ਦੇ ਉੱਤੇ ਯੈਸ ਯੈਸ ਹੀ ਪਲੇਡ ਰਾਜਨੀਤੀ ਕੀਤੀ ਗਈ ਇੱਕ ਵਾਰਾਂ ਥੋੜੀ ਕੀਤੀ ਤੁਸੀਂ ਆ ਜਾਓ ਉੱਤੇ ਆਪਣਾ ਸੱਚਾ ਸੌਦੇ ਤੇ ਆ ਜਾਓ ਸੱਚੇ ਸੌਦੇ ਨੂੰ ਜਿਹੜੀ ਅਟਾਇਰ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਾਈ ਸੀ ਉਹੋਂ ਗਿਆਨ ਦਾ সূত্রਾਂ ਤੋਂ ਪਤਾ ਲੱਗਿਆ ਕਿ ਉਹ ਅਕਾਲੀ ਦਲ ਨੇ ਬਣਾ ਕੇ ਪੇਸ਼ ਬਲੂਸਟਾਰ ਤੇ ਤੁਸੀਂ ਆ ਜਾਓ ਇਹਨਾਂ ਨੇ ਜਿੱਥੀਆਂ ਲੈ ਕੇ ਦਿੱਤੀਆਂ ਤਵਨੂ ਟੈਲੀਫੋਨ ਤਾਂ ਕੀਤਾ ਕਿ ਜਲਦੀ ਕਰੋ ਆਪਰੇਸ਼ਨ ਨਹੀਂ ਤਾਂ ਸਾਨੂੰ ਮਾਰ ਦੇ ਇੱਕ ਬਿਰਤਾਂਤ ਸਿਰਜਿਆ ਜਾਂਦਾ ਸੀ ਕਿ ਸਿੱਖ ਕਦੇ ਰਾਜ ਨਹੀਂ ਕਰ ਸਕਦੇ ਪਰ ਬਾਦਲ ਸਾਹਿਬ ਨੇ ਜਿਹੜੀ ਏਡੀ ਰਾਜਨੀਤੀ ਕੀਤੀ ਹੈ ਉਸ ਵਰਤਾਂਤ ਨੂੰ ਤਾਂ ਤੋੜਿਆ ਸਿੱਖਾਂ ਨੇ ਰਾਜ ਤਾਂ ਕਰਕੇ ਦਿਖਾਇਆ ਤੇ ਰਾਜ ਦਾ ਮਹਿੰਦਰ ਸਿੰਘ ਨੇ ਕਰਕੇ ਦਿਖਾਇਆ ਉਹਨੇ ਵੀ 10 ਸਾਲ ਕਰਕੇ ਦਿਖਾਇਆ ਇਹਨਾਂ ਨੇ ਕੀ ਰਾਜ ਕੀਤਾ ਗੁਰਸਾਹਿਬ ਦੇ ਜਿਹੜੇ ਅੰਗ ਸੀ ਉਹਨਾਂ ਨੇ ਪਾੜ ਕੇ ਰੂਣੀਆਂ ਦੇ ਸੋਤੇ ਨਾਲੇ ਸੋਤੇ ਇਹਨਾਂ ਨੇ ਉਹਨਾਂ ਦੇ ਕੋਈ ਐਕਸ਼ਨ ਨਹੀਂ ਜਾ ਕਾਮਨਿਸਤਾਂ ਦੇ ਮੁਕਾਬਲੇ ਵੀ ਹੋਏ ਕਾਮਨਿਸਤਾਂ ਨੂੰ ਵੀ ਮਾਰਿਆ ਗਿਆ ਜਿਦੇ ਵਿੱਚ ਇੱਕ ਵੱਡੀ ਉਦਾਹਰਨ ਦਿੱਤੀ ਜਾਂਦੀ ਆ ਬਾਬਾ ਗੂਝਾ ਸਿੰਘ ਜੀ ਦੀ ਜਿਨ੍ਹਾਂ ਦੀ ਉਮਰ ਉਸ ਵਕਤ 80 ਸਾਲ ਦੇ ਕਰੀ ਉਹਨਾਂ ਨੂੰ ਇੱਕ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਜਾਂਦਾ ਜਦ ਕਿ ਉਹ ਪੜ੍ਹਨ ਪੜਾਉਣ ਦਾ ਕੰਮ ਕਰਦੇ ਸੀ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਪੰਜਾਬ ਦਾ ਕੱਠ ਨਹੀਂ ਛੱਡਿਆ ਔਰ ਸਿੱਖ ਕੌਮ ਦਾ ਵੀ ਛਲੇਗਾ ਸਿੱਖਾਂ ਦਾ ਇੰਨਾ ਇਹਨਾਂ ਨੇ ਨੁਕਸਾਨ ਕੀਤਾ ਅੱਜ ਤੱਕ ਏਵਨ ਮੁਗਲਾਂ ਦੇ ਟਾਈਮ ਤੇ ਵੀ ਇੰਨਾ ਨੁਕਸਾਨ ਸਿੱਖਾਂ ਦਾ ਨਹੀਂ ਹੋਇਆ ਜਿੰਨਾ ਸਿੱਖਾਂ ਦਾ ਜਿਹੜਾ ਨੁਕਸਾਨ ਹੈ ਉਹ 78 ਤੋਂ ਲੈ ਕੇ ਅੱਜ ਤੱਕ ਹੈ ਪੰਜੀ ਚੰਗੇ ਕੰਮ ਕੀਤੇ ਨੇ ਤੇ ਪੰਜ ਲੱਖ ਗੰਦੇ ਕੰਮ ਕੀਤੇ। ਸਾਨੂੰ 100 ਸਾਲ ਪਿੱਛੇ ਛੁੱਟ ਗਿਆ ਸਿੱਖਾਂ। ਪੰਜਾਬ ਉਜੜ ਗਿਆ ਹੈ। ਪੰਜਾਬ ਉਜੜ ਗਿਆ। ਨਸ਼ੇ ਲੈਣ ਵਾਲੇ ਵੀ ਹੈ, ਇਨਕਾਊਂਟਰ ਕਰਨ ਵਾਲੇ ਵੀ ਹੈ, ਬਲੂ ਸਟਾਰ ਕਰਨ ਵਾਲੇ ਵੀ ਹੈ, ਬੇਅਦਬੀ ਕਰਨ ਵਾਲੇ ਵੀ ਹੈ, ਸਿੱਖਾਂ ਨੂੰ ਮਾਰਨ ਵਾਲੇ ਵੀ ਹੈ ਤੇ ਪੰਥ ਰਤਨ ਘੋਣ ਵਾਲੇ ਵੀ ਹੈ। ਕੀ ਕਹੋਗੇ ਵੀ ਬਾਬਾ ਬੋੜ ਨਹੀਂ ਲੱਕੀ ਨੇ? ਮੈਂ ਤਾਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਕਿ ਜਿਸ ਇਸ ਸਭੀ ਜੋ ਸਿੱਖਾਂ ਦਾ ਨੁਕਸਾਨ ਹੋਇਆ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਤਾਮੇ ਜਦੋਂ ਬਖਾਲਸਾ ਫਾਜ਼ਾ ਅੱਜ ਤੱਕ ਨਹੀਂ ਸਤਿ ਸ਼ਕਾਲ ਦੋਸਤੋ ਮੈਂ ਕਰਮ ਸਿੱਖਾ ਰੇਡੀਓ ਸਪਾਈਸ ਤੇ ਤੁਹਾਡਾ ਸਵਾਗਤ ਕਰਦਾ ਦੋਸਤੋ ਵੈਸੇ ਤਾਂ ਜਦੋਂ ਕੋਈ ਇਨਸਾਨ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਂਦਾ ਤਾਂ ਦੁਨੀਆ ਦਾ ਦਸਤੂਰ ਆ ਕਿ ਉਹਦੀਆਂ ਚੰਗੀਆਂ ਗੱਲਾਂ ਨੂੰ ਹੀ ਯਾਦ ਕੀਤਾ ਜਾਂਦਾ ਉਹਦੀਆਂ ਜਿਹੜੀਆਂ ਸਮਾਜ ਨੂੰ ਦੇਣ ਉਹਨੂੰ ਯਾਦ ਕੀਤਾ ਜਾਂਦਾ ਪਰ ਜਦੋਂ ਕੋਈ ਵੱਡਾ ਸ਼ਖਸ਼ ਇਸ ਦੁਨੀਆ ਨੂੰ ਛੱਡ ਕੇ ਜਾਂਦਾ ਔਰ ਉਹ ਸ਼ਖਸ਼ ਜਿਨੇ ਲੱਖਾਂ ਨੌਜਵਾਨਾਂ ਦੀ ਜਾਂ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੋਵੇ ਤਾਂ ਉਹਦੀਆਂ ਚੰਗੀਆਂ ਗੱਲਾਂ ਦੇ ਨਾਲ-ਨਾਲ ਉਹਦਿਆਂ ਮਾੜੀਆਂ ਗੱਲਾਂ ਨੇ ਜਿਹੜੀਆਂ ਉਹ ਵੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਇੱਕ ਦਿਗਜ ਨੇਤਾ ਪ੍ਰਕਾਸ਼ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਸੀ ਉਹਨਾਂ ਦਾ ਦੇਹਾਂਤ ਹੋਇਆ ਬਾਦਲ ਸਾਹਿਬ ਉਹਨਾਂ ਨੇ ਅੰਗਰੇਜ਼ਾਂ ਦਾ ਰਾਜ ਵੀ ਦੇਖਿਆ ਅੰਗਰੇਜ਼ਾਂ ਤੇ ਰਾਜ ਤੋਂ ਬਾਅਦ ਵਟਵਾਰਾ ਹੁੰਦਾ ਆਪਣੇ ਅੱਖੀਂ ਦੇਖਿਆ ਵਟਵਾਰੇ ਤੋਂ ਬਾਅਦ ਪੰਜਾਬ ਦੇ ਲਈ ਮੋਰਚੇ ਲੱਗੇ ਧਰਮ ਜੁੱਧ ਮੋਰਚਾ ਲੱਗਿਆ ਪੰਜਾਬੀ ਭਾਸ਼ਾ ਪੰਜਾਬੀ ਬੋਲਦੇ ਇਲਾਕਿਆਂ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਮੋਰਚੇ ਲੱਗਦੇ ਰਹੇ ਉਹਨਾਂ ਮੋਰਚਿਆਂ ਦੇ ਵਿੱਚ ਰਾਜਨੀਤੀ ਕਰਦੇ ਰਹੇ ਪ੍ਰਕਾਸ਼ ਸਿੰਘ ਬਾਦਲ ਜੀ ਔਰ ਉਹਨਾਂ ਦੀ ਰਾਜਨੀਤੀ ਕਿਸ ਤਰ੍ਹਾਂ ਦੀ ਸੀ ਕਿ ਉਸ ਬਾਕੀ ਸਾਰੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲੜਾਈ ਲੜ ਰਹੀਆਂ ਸੀ ਉਹਨਾਂ ਨੂੰ ਬੀਟ ਕਰਕੇ ਅੱਗੇ ਆਉਂਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਵੱਡਾ ਨਾਮ ਬਣ ਕੇ ਉੱਭਰਦਾ ਔਰ ਜਦੋਂ ਸ਼੍ਰੋਮਣੀ ਅਕਾਲੀ ਦਲ ਅੱਗੇ ਵੱਧਦਾ ਤਾਂ ਬਹੁਤ ਸਾਰੀਆਂ ਹੋਰ ਗੱਲਾਂ ਜਿਹੜੀਆਂ ਉਹਨਾਂ ਦੇ ਚਰਚਾਵਾਂ ਵੀ ਅੱਗੇ ਵਧਦੀਆਂ ਨੇ ਕਿ ਉਹਨਾਂ ਦੀ ਰਾਜਨੀਤੀ ਸਹੀ ਹੈ ਕੀ ਉਹ ਸਹੀ ਰਾਜਨੀਤੀ ਕਰਕੇ ਅੱਗੇ ਆਏ ਆ ਜਾਂ 도ਗਲੀ ਰਾਜਨੀਤੀ ਕਰਕੇ ਅੱਗੇ ਆਏ ਆ ਇਹ ਚਰਚਾਵਾਂ ਅੱਜਕੱਲ੍ਹ ਫੇਸਬੁੱਕ ਤੇ ਉੱਤੇ ਬੜੇ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਕੀ ਵਜ੍ਹਾ ਕੀ ਪ੍ਰਕਾਸ਼ ਸਿੰਘ ਬਾਦਲ ਦੀ ਕੀ ਦੇਣ ਕਿ ਵਾਕਈ ਜਿੱਦਾਂ ਕਿਹਾ ਜਾਂਦਾ ਕਿ ਬਾਬਾ ਬੋੜ ਸੀ ਵਾਕਈ ਬਾਬਾ ਬੋੜ ਸੀ ਵਾਕਈ ਪੰਜਾਬ ਨੂੰ ਵੱਡੀ ਦੇਣ ਸੀ ਜਾਂ ਪੰਜਾਬ ਦਾ ਨੁਕਸਾਨ ਕੀਤਾ ਇਹਨਾਂ ਸਾਰੇ ਸਵਾਲਾਂ ਤੇ ਗੱਲ ਕਰਾਂਗੇ ਸਾਡੇ ਨਾਲ ਨੇ ਕੈਪਟਨ ਚੰਨਣ ਸਿੰਘ ਜੀ ਜਿਹੜੇ ਅਕਸਰ ਰਾਜਨੀਤਿਕ ਵਿਚਾਰਾਂ ਦੇ ਉੱਤੇ ਆਪਣਾ ਵਿਚਾਰ ਰੱਖਦੇ ਰਹਿੰਦੇ ਆ ਰਾਜਨੀਤਿਕ ਮੁੱਦਿਆਂ ਦੇ ਉੱਤੇ ਆਪਣੀ ਚਰਚਾ ਕਰਦੇ ਰਹਿੰਦੇ ਆ ਔਰ ਲੰਮਾ ਸਮਾਂ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਜਨਰਲ ਸੈਕਟਰੀ ਦਾ ਰੋਲ ਵੀ ਨਿਭਾਇਆ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰੇਡੀ ਸਪਾਈ ਕਰਮ ਸਿੰਘ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਵੇ ਗੁਰੂ ਜੀ ਦਾ ਖਾਲਸਾ ਹੋਵੇ ਗੁਰੂ ਜੀ ਦੀ ਫਤਿਹ ਕੈਪਟਨ ਸਾਹਿਬ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਉਹੀ ਆਪਾਂ ਗੱਲ ਅੱਗੇ ਤੋਰਨੀ ਚਾਹਾਂਗੇ ਕਿ ਬਾਦਲ ਸਾਹਿਬ ਦੀ ਚਰਚਾ ਹੋ ਰਹੀ ਹੈ ਫੇਸਬੁੱਕ ਤੇ ਬਹੁਤ ਲੋਕ ਨੇ ਜਿਹੜੇ ਉਹਨਾਂ ਨੂੰ ਕਹਿ ਰਹੇ ਆ ਕਿ ਇੱਕ ਬਾਬਾ ਬੋਰ ਸੀ ਜਿਨ੍ਹਾਂ ਨੇ ਇਸ ਦੇਸ਼ ਦੀ ਰਾਜਨੀਤੀ 'ਚ ਵੱਡਾ ਰੋਲ ਨਿਭਾਇਆ ਔਰ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਉਹਨਾਂ ਦਾ ਰੋਲ ਨੈਗੇਟਿਵ ਰਿਹਾ ਉਹਨਾਂ ਨੇ ਪੰਜਾਬ ਨੂੰ ਦਿੱਤਾ ਕੀ ਆ ਪੰਜਾਬ ਨੂੰ ਲੁੱਟ ਕੇ ਖਾ ਲਿਆ ਐਦਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਿਦਾਂ ਦੇਖਦੇ ਹੋ ਬਾਦਲ ਸਾਹਿਬ ਤੇ ਪਹਿਲਾਂ ਆਪਾਂ ਗੱਲ ਕਰੀਏ ਰੋਲ ਨੂੰ ਕਿਦਾਂ ਦੇਖਦੇ ਹੋ ਬਹੁਤ ਅੱਛਾ ਤੁਸੀਂ ਟੌਪਿਕ ਜਿਹੜਾ ਹੈ ਬੜਾ ਸਮਝ ਲਓ ਬਹੁਤ ਵੱਡਾ ਟੌਪਿਕ ਹੈ ਜਿਹੜਾ ਤੁਸੀਂ ਲਿਆ ਹੈ ਔਰ ਬਹੁਤ ਸਾਰੇ ਲੋਕ ਇਹਦੇ ਤੇ ਸੁਣਨਾ ਵੀ ਚਾਹੁੰਦੇ ਹੋਣਗੇ ਔਰ ਬਾਦਲ ਸਾਹਿਬ ਬਾਰੇ ਪਤਾ ਵੀ ਕਰਨਾ ਚਾਹੁੰਦੇ ਹੋਣਗੇ ਅ ਲੇਕਿਨ ਜਿਤੋਂ ਤੱਕ ਮੈਂ ਬਾਦਲ ਸਾਹਿਬ ਨੂੰ ਦੇਖਿਆ ਸਮਝ ਲਓ ਮੈਂ 78 ਚ ਫੌਜ ਛੱਡ ਕੇ ਆ ਗਿਆ ਸੀ 78 ਤੋਂ ਲੈ ਕੇ ਮੈਂ ਕਾਫੀ ਸਰਗਰਮ ਰਿਹਾ ਭਾਵੇਂ ਉਹ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ ਭਾਵੇਂ ਫਿਰ ਬਾਦਲ ਕਾਲੀ ਦਾਲੀ ਕਿਉਂ ਨਾ ਹੋਵੇ ਪਰ ਮੈਂ ਬੜਾ ਕੋਖਦਾ ਰਿਹਾ ਹਰ ਚੀਜ਼ ਜਿਹੜੀ ਪੰਜਾਬ ਚ ਵਾਪਰਦੀ ਰਹੀ ਜੇ ਆਪਾਂ ਪਹਿਲੇ ਦੋ ਦਹਾਕੇ ਦੇਖੀਏ ਜਿਹੜੇ ਪਹਿਲੇ ਜਦੋਂ ਬਾਦਲ ਸਾਹਿਬ ਪਾਵਰ ਚ ਆਉਂਦੇ ਨੇ ਪਹਿਲੇ ਦੋ ਟਨਿਹੋਰ ਭਾਵੇਂ ਉਹ ਸ਼ਾਰਟ ਸੀਗੇ ਵਿਚੋਂ ਸਰਕਾਰਾਂ ਟੁੱਟ ਜਾਂਦੀਆਂ ਰਹੀਆਂ ਇਹਨਾਂ ਦੀ ਛਵੀ ਬੜੀ ਅੱਛੀ ਸੀ ਤੇ ਬੜੀ ਉੱਚੀ ਸੀ ਔਰ ਬੜੇ ਅچھے ਇਹਨਾਂ ਨੇ ਪੰਜਾਬ ਵਾਸਤੇ ਕੰਮ ਵੀ ਕੀਤੇ ਮੇਨ ਜਿਹੜਾ ਇਹਨਾਂ ਨੇ ਫੋਕਲ ਪੁਆਇੰਟ ਲੈਂਦੇ ਪੰਜਾਬ ਦਾ ਮੰਡੀਕਰਨ ਕੀਤਾ ਹਰ ਹਰ 5 5 ਕਿਲੋਮੀਟਰ ਤੇ ਮੰਡੀ ਲਾਂਦੀ ਮੈਨੂੰ ਪਤਾ ਜਦੋਂ ਅਸੀਂ ਬੱਚੇ ਹੁੰਦੇ ਸੀ ਤੇ 20 20 30 ਕਿਲੋਮੀਟਰ ਮੰਡੀਆਂ ਚ ਮਾਲ ਸੋਟਣ ਜਾਂਦੇ ਸੀ ਔਰ ਸਾਰੀ ਸਾਰੀ ਰਾਤ ਉੱਥੇ ਰਹਿੰਦੇ ਸੀ ਤੇ ਇਹ ਸਾਰਾ ਜਦੋਂ ਇਹਨਾਂ ਨੇ ਕੀਤਾ ਜਦੋਂ ਆ ਕੇ ਫਿਰ 3rd ਟਰਮ ਚੋਂਦੇ ਆ ਅੱਛਾ ਜੀ 90s ਦੇ ਵਿੱਚ ਉਦੋਂ ਬਹੁਤ ਕੁਝ ਵਾਪਰ ਜਾਂਦਾ ਇਹਨ ਬੀਟਵੀਨ ਸੈਕੰਡ ਤੇ ਥਰਡ ਟਰਮ ਜੇ ਬਹੁਤ ਕੁਝ ਵਾਪਰ ਜਾਂਦਾ ਮੇਰੇ ਖਿਆਲ ਅੱਠ 10 ਸਾਲ ਤੱਕ ਗਵਰਨਰ ਰਾਜੀ ਰਹਿੰਦਾ ਹੋਰ ਉਹਦੇ ਵਿੱਚ ਬਲੂ ਸਟਾਰ ਵੀ ਆਂਦਾ ਹੋ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ 78 ਤੋਂ ਬਾਅਦ ਜਿਹੜਾ ਇਹਨਾਂ ਦਾ ਰੋਲ ਆ ਨਾ ਜੀ 77 ਚ ਇਹਨਾਂ ਦੀ ਸਰਕਾਰ ਸੀਗੀ ਮੇਰੇ ਖਿਆਲ ਤੋਂ ਉਸ ਦਰਮਿਆਨ ਕਈ ਸਾਲ ਇਹਨਾਂ ਨੇ ਜੇਲ੍ਹ ਦੇ ਵਿੱਚ ਵੀ ਸਮਾਂ ਗੁਜ਼ਾਰਿਆ ਆਪਣਾ ਜੇਲ੍ਹ ਤਾਂ ਕਿਹੜੀ ਜੇਲ੍ਹ ਇਹਨਾਂ ਵਾਸਤੇ ਤਾਂ ਕਿਹੜੀਆਂ ਜੇਲ੍ਹਾਂ ਹੁੰਦੀਆਂ ਰੈਸਟ ਆ ਸਾਂ ਜਾ ਕੇ ਬੰਦੇ ਪ੍ਰੀ ਪਲਾਨ ਦੀ ਹੁੰਦਾ ਸਾਰਾ ਹੋ ਤੇ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਜੇਲ੍ਹਾਂ ਵਾਲੀਆਂ ਵੀ ਇਹਨਾਂ ਦੀਆਂ ਕਹਾਣੀਆਂ ਤੇ ਜੇਲ੍ਹਾਂ ਵਿੱਚ ਵੀ ਚਲੋ ਗੁਜ਼ਾਰਦੇ ਹੋਣਗੇ ਪੋਲੀਟਿਕਲ ਲੋਕੀ ਗੁਜ਼ਾਰਦੇ ਹੁੰਦੇ ਸੀ ਜਿ세 ਜਦੋਂ ਜਾਓਗੇ ਨੇਚਰਲੀ ਉਹਨਾਂ ਦੇ ਨਾਲ ਤੁਹਾਨੂੰ ਰਹਿਣਾ ਪਏਗਾ ਹੋ ਲੱਕ ਬਲੂ ਸਟਾਰ ਤੋਂ ਬਾਅਦ ਜਦੋਂ ਜੇਲ੍ਹ ਜਗ੍ਹਾ ਤੇ ਦੇਰਾਦੂਨ ਰੈਸਟ ਹਾਊਸ ਸੀਗੇ ਕੋਈ ਜੇਲ੍ਹ ਤਾਂ ਨਹੀਂ ਨਾ ਰੈਸਟ ਹਾਊਸ ਸੋ ਉਹ ਛੱਡੋ ਤੁਸੀਂ ਜੇਲ੍ਹਾਂ ਜੂਲਾ ਵਾਲੀਆਂ ਕਹਾਣੀਆਂ ਹੋ ਅ 78 ਤੋਂ ਬਾਅਦ ਇਹਨਾਂ ਨੇ ਰੋਲ ਜਿਹੜਾ ਹੈ ਉਹ ਡਬਲ ਰੋਲ ਹੋ ਗਿਆ ਜਿਸ ਤਰ੍ਹਾਂ ਇਹਨਾਂ ਨੂੰ ਇਹ ਸੀ ਕਿ ਦੇਖੋ ਯਾਤਾ ਏਜੰਸੀਆਂ ਇਹਨਾਂ ਨੂੰ ਗਾਈਡ ਕਰ ਰਹੀਆਂ ਸੀ ਜਾਂ ਬਹੁਤ ਵੱਡੀ ਕੋਈ ਤਾਕਤ ਇਹਨਾਂ ਨੂੰ ਗਾਈਡ ਕਰ ਰਹੀ ਸੀ। ਹੂੰ ਕਿ ਅਕਾਲੀ ਦਲ ਦੀ ਸਰਕਾਰ ਜਿਹੜੀ ਆਫਸਾਈਡ ਲੂੜ ਕੇ ਟੁੱਟ ਜਾਂਦੀ ਹੈ। ਜਦ ਤੱਕ ਤੁਹਾਡਾ ਲਿੰਕ ਸੈਂਟਰ ਨਾਲ ਨਹੀਂ ਹੋਏਗਾ ਭਾਵੇਂ ਉਹ ਭਾਜੀਪੀ ਨਾਲ ਹੋਵੇ ਤੇ ਭਾਵੇਂ ਕਾਂਗਰਸ ਨਾਲ ਹੋਵੇ। ਤੁਹਾਡੀ ਸਰਕਾਰ ਇੱਥੇ 5 ਸਾਲ ਪੂਰੇ ਨਹੀਂ ਕਰ ਸਕਦੀ। ਹੋਰ ਫਿਰ ਸਾਰੀ ਸਿੱਖ ਵੋਟ ਵੀ ਤੁਹਾਨੂੰ ਅਕਾਲੀ ਦਲ ਨੂੰ ਨਹੀਂ ਪੈਣੀ। ਹੋ ਤੇ ਕਾਲੀ ਖਾਲੀ ਸਿੱਖਾਂ ਦੀਆਂ ਵੋਟਾਂ ਤੇ ਤੁਸੀਂ ਸਰਕਾਰ ਵੀ ਨਹੀਂ ਬਣਾ ਸਕਦੇ। ਕਿ ਹੋਰ ਬਹੁਤ ਸਾਰੇ ਤਬਕੇ ਵੀ ਰਹਿੰਦੇ ਆ ਵਾਹ ਦੇਖੋ ਮcj ਸਿੰਘ ਵੀ ਨੇ ਅ ਰਮਦਾਸੀਏ ਵੀ ਨੇ ਬਾਕੀ ਕਲਾਸਿਸ ਵੀ ਹੈਗੀਆਂ ਹਿੰਦੂ ਵੀ 48% ਹੈ ਉਹ ਮਿਲਾ ਕੇ ਤੇ ਸਿੱਖ ਅਗਰ 52 ਨੇ ਤੇ ਤੋਂਨਾਂ ਜੋ ਤੁਹਾਨੂੰ 30% ਨਹੀਂ ਪੈਂਦੇ ਹਾਂ ਓਬਵੀਅਸ ਨਹੀਂ ਪੈਂਦੇ ਤੇ ਫਿਰ ਤੁਹਾਡੀ ਸਰਕਾਰ ਨਹੀਂ ਬਣ ਸਕਦੀ ਤੋਂ ਇਹਦਾ ਕੀ ਹੋਇਆ ਕਿ ਇਹਨਾਂ ਨੇ ਐਸਾ ਪਾਫਿਆ ਕਿ ਮੈਨੂੰ ਫ੍ਰੈਂਚ 엘ਿਮੈਂਟਸ ਫ੍ਰੈਂਚ ਗਰੂਪਸ ਨੂੰ ਵੀ ਨਾਲ ਲੈ ਕੇ ਚੱਲਣਾ ਪਵੇਗਾ ਹੁਣ ਸਿੱਖ ਤਾਂ ਮੇਰੇ ਨਾਲ ਬਣ ਨਹੀਂ ਚੁੱਕੇ ਨੇ ਇਹ ਤਾਂ ਮੇਰੇ ਨਾਲ ਚੱਲਣ ਜਾਂ ਨਾ ਚੱਲਣ ਇਹਨਾਂ ਦੇ 70% ਮੈਨੂੰ ਆਣਾ ਹੀ ਆਣਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੈ ਅਕਾਲੀ ਦਲ ਤੇ ਕਬਜ਼ਾ ਹੈ ਔਰ ਨਵਾਂ ਨਵਾਂ ਅਕਾਲੀ ਦਲ ਉੱਭਰ ਕੇ ਆਇਆ 1920 ਚ ਔਰ ਲੋਕ ਬੜੇ ਭਾਵਰੇ ਨੇ ਕਹਿੰਦੇ ਕਿ ਅਸੀਂ ਤਾਂ ਬਹੁਤ ਹੀ ਤਕਰੀ ਨੂੰ ਪਾਉਣੀ ਹੈ ਉਹ ਭਾਵੇਂ ਉੱਤੇ ਜਿੰਨੂੰ ਮਰਜ਼ੀ ਖੜਾ ਹੋਵੇ ਜੀ ਤਕੜੀ ਨੂੰ ਪਾਉਣੀ ਜੀ ਬੋਟ। ਤੋਂ ਉਹ ਤਕੜੀ ਤਾਂ ਮੇਰੀ ਫਿਕਸ ਹੀ ਫਿਕਸ ਹੈ। ਹੂੰ। ਮੈਂ ਬਾਕੀਆਂ ਨੂੰ ਕਿਵੇਂ ਨਾਲ ਲੈ ਕੇ ਚੱਲਾਂ? ਤੋਂ ਪਹਿਲਾ ਜਿਹੜਾ ਇਹਨਾਂ ਨੇ ਕਾਨ ਕਰਾਇਆ ਉਹ ਇਹਨਾਂ ਨੇ ਕਰਾਇਆ 78 ਚ ਨਰਕਾਰੀਆਂ ਵਾਲਾ। ਅੱਛਾ ਇਹ ਬਾਦਲ ਸਾਹਿਬ ਜਿਹੜੀ ਉਹਨਾਂ ਦੀ ਪਾਰਟੀ ਸੀ ਉਹਦੀ ਅਗਵਾਈ ਚ ਹੋਇਆ। ਬਾਦਲ ਸਾਹਿਬ ਨੇ ਕਰਾਇਆ ਜੀ ਪਾਰਟੀ ਨੂੰ ਕਿਹੜਾ ਪੁੱਛਦਾ ਸੀ? ਹੂੰ। ਬਾਦਲ ਸਾਹਿਬ ਚੀਫ ਮਿਨਿਸਟਰ ਸੀ। ਅੱਛਾ ਜੀ। ਉਹਨਾਂ ਨੇ ਪਰਮਿਸ਼ਨ ਮੰਗੀ ਅੰਮ੍ਰਿਤਸਰ ਦੇ ਵਿੱਚ ਜਲੂਸ ਕੱਢਣ ਦੀ ਹੂੰ ਗੋਲਡਨ ਟੈਂਪਲ ਦੇ ਨੇੜੇੋਂ ਦੀ ਹੋ ਕੇ ਹੂੰ ਔਰ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਥੱਲੇ ਰੱਖਦੇ ਤੇ ਆਪ ਉੱਪਰ ਬੈਂਦੇ ਆ ਉਹ ਸੰਜੇ ਨਾਇਲ ਸਿੰਘ ਭਿੰਡਰਾ ਵਾਲੇ ਨੇ ਕਿਹਾ ਸੀ ਕਿ ਮੈਂ ਜਲੂਸ ਨਿਕਲਣ ਦੇਵਾਂਗਾ ਜੇ ਐਂ ਕੱਢੋਗੇ ਤਾਂ ਤੁਸੀਂ ਥੱਲੇ ਬੈਠੋ ਗੁਰੂ ਸਾਹਿਬ ਨੂੰ ਉੱਪਰ ਰੱਖੋ ਤੇ ਜੀ ਸਦਕੇ ਕੱਢੋ ਹੂੰ ਬੇਅਦਬੀ ਅਸੀਂ ਨਹੀਂ ਹੋਣ ਦੇਵਾਂਗੇ ਇਹਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਕੈਨਸਲ ਨਹੀਂ ਕੀਤੀ ਹਾਲਾਂਕਿ ਜਦੋਂ ਤੁਹਾਨੂੰ ਪਤਾ ਹੈ ਤੁਹਾਡਾ ਲਾ ਐਂਡ ਆਰਡਰ ਖਰਾਬ ਹੋਣਾ ਹੈ ਉਹ ਜੋ ਕੈਨਸਲ ਕੇ ਸੌਰੀ ਜੀਰੂਸ ਨਿਕਾੜ ਸਕਦੇ تھے ਹੋਰ ਕਿਤੇ ਕਰ ਲੋ ਜਾ ਕੇ ਤੁਹਾਨੂੰ ਅਮਰਸਾ ਦੇ ਜੂਸ ਦੇ ਅਲਾਉ ਕਰ ਸਕਦਾ ਕਿਉਂਕਿ ਜਾਣ ਬੁੱਝ ਕੇ ਪਰਮਿਸ਼ਨ ਦਿੱਤੀ ਗਈ ਕੋਈ ਵੀ ਸਰਕਾਰ ਜਿੰਨੂੰ ਪਤਾ ਹੋਵੇ ਮੇਰਾ ਇੱਥੇ ਡਿਸਟਰਬੈਂਸ ਹੋਣਾ ਕਿਉਂ ਪਰਮਿਸ਼ਨ ਦੇਊਗੀ ਹੂੰ ਔਰ ਇਹ ਭਾਈ ਸਾਹਿਬ ਸਰਕਟ ਹਾਊਸ ਚੀਫ ਮਿਨਿਸਟਰ ਸਾਹਿਬ ਬੈਠੇ ਸੀ ਜੀਰੂਸ ਨਿਕਲ ਰਿਆ ਸੀ ਆਬੀਅਸਲੀ ਟਕਸਾਲ ਨੇ ਤੇ ਉਹਨਾਂ ਨੇ ਆਪੋਜ਼ ਕੀਤਾ ਹੂੰ ਆਪਣੇ ਖੰਡਕੀਤ ਜਿਹਾ ਜਿਹਾ ਨੇ ਹੂੰ ਕਿਉਂਕਿ ਗੁਰੂ ਸਾਹਿਬ ਨੂੰ ਥੱਲੇ ਰੱਖਿਆ ਸੀ ਤੇ ਬਾਬਾ ਉੱਚਾ ਕੇ ਬੈਠਾ ਸੀ ਗੱਦੀ ਤੇ ਹੂੰ ਤੇ ਉੱਥੇ ਫਾਇਰਿੰਗ ਹੋਈ ਔਰ ਫਾਇਰਿੰਗ ਵੀ ਵਨ ਤਰਫੀ ਹੋਈ ਇੱਕ ਤਰਫੀ ਹੋਈ 13 ਦੇ 13 ਸਿੱਖ ਹੀ ਸ਼ਹੀਦ ਹੋਏ ਉਥੇ ਨਿਰੰਕਾਰੀਆਂ ਕੋਈ ਨਹੀਂ ਮਰਿਆ ਫਾਇਰਿੰਗ ਕਿੰਨਾ ਵੱਲੋਂ ਕੀਤੀ ਗਈ ਨਿਰੰਕਾਰੀਆਂ ਨੂੰ ਨੇ ਕਰੀਏ ਵੱਲੋਂ ਫਾਇਰਿੰਗ ਕੀਤੀ ਗਈ ਫਾਇਰਿੰਗ ਕੀਤੀ ਗਈ ਕਿਉਂਕਿ ਉਹ ਰਾਈਫਲ ਨਾਲ ਲਾਈਮਨੇਸ਼ਨ ਨਾਲ ਹੀ ਫਿਰਦੇ ਸੀ ਉਹ ਹੂੰ ਜਿਵੇਂ ਇੱਕ ਆਈਐਸ ਅਫਸਰ ਸੀਗਾ ਉਹ ਵੀ ਦੁਨਾਲੀ ਚੁੱਕੀ ਫਿਰਦਾ ਸੀ ਸਰਵਿੰਗ ਆਈਐਸ ਅਫਸਰ ਹੂੰ ਤੋਂ ਜਦੋਂ ਇਹ ਸਾਲਾ ਸਿਲਸਿਲਾ ਹੋਇਆ ਤੇ ਇਹਨੂੰ ਇਹ ਸੀ ਵੀ ਜਿਹੜੀ ਹੁਣ ਨਰਕਾਰੀਆਂ ਦੀ ਜਿਹੜੀ ਵੋਟ ਆ ਉਹ ਵੀ ਆਪਾਂ ਨੂੰ ਪੱਕੀ ਹੋ ਗਈ ਹੂੰ ਉਹਨਾਂ ਤੇ ਮੋੜ ਕੇ ਉਹਨਾਂ ਨੂੰ ਗਾਰਡ ਦੇ ਕੇ ਤੇ ਕਰਨਾਲ ਤੱਕ ਪਹੁੰਚਾਇਆ ਰਾਜਸਿੱਖ ਪੈ ਨਾ ਜਾਣ ਹੂੰ ਕਿਉਂਕਿ ਬਹੁਤ ਵੱਡਾ ਕਾਂਡ ਹੋ ਗਿਆ ਫਿਰ ਉਹਨਾਂ ਦੇ ਉੱਤੇ ਗਵਾ ਵੀ ਕਾਲੀ ਦਲ ਦੇ ਰੱਖ ਦਿੱਤੇ ਜੀਵਨ ਸਿੰਘ ਉਮਰਾ ਨੰਗਲ ਜਿਹੜੇ ਸੀ ਉਹ ਗਵਾ ਬਣ ਗਏ ਹੂੰ ਫਿਰ ਉਹ ਕੇਸ ਵੀ ਟਰਾਂਸਫਰ ਕਰਤਾ ਪੰਜਾਬ ਚੋਂ ਕਰਨਾਲ ਚ ਟਰਾਈ ਹੋਇਆ ਉੱਥੇ ਗਵਾ ਹੀ ਮੁਕਰ ਗਏ ਸਾਡੇ ਹੀ ਗਵਾ ਹੂੰ ਉਹ ਗਵਾ ਹੀ ਮੁਕਰ ਗਏ ਬਾਬਾ ਬਰੀ ਹੋ ਗਿਆ ਇਹ ਨਰਕਾਰੀਆਂ ਦੀਆਂ ਵੋਟਾਂ ਲੈਣ ਲੱਗ ਗਏ ਸਿੱਖਾਂ ਦੀਆਂ ਲਾਸ਼ਾਂ ਦੇ ਉੱਤੇ ਯੈਸ ਯੈਸ ਹੀ ਪਲੇਡ ਰਾਜਨੀਤੀ ਕੀਤੀ ਗਈ ਇੱਕ ਵਾਰਾਂ ਥੋੜੀ ਟਿੱਪੀ ਤੁਸੀਂ ਆ ਜਾਓ ਉੱਥੇ ਆਪਣਾ ਸੱਚਾ ਸੌਦੇ ਤੇ ਆ ਜਾਓ ਸੱਜੇ ਸੌਦੇ ਨੂੰ ਜਿਹੜੀ ਅਟਾਇਰ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨੇ ਪਾਈ ਸੀ ਉਹ ਇਥੋਂ ਜਾਣਕਾਰ ਸੂਤਰਾਂ ਤੋਂ ਪਤਾ ਲੱਗਿਆ ਕੋ ਅਕਾਲੀ ਦਲ ਨੇ ਬਣਾ ਕੇ ਭੇਜੀ ਸੀ ਉਹਦਾ ਦੈਸੀ ਵੀ ਸਿੱਖਾਂ ਦਾ ਇਹਨਾਂ ਦਾ ਟਕਰਾ ਕਰਾਓ ਹੋਰ ਮਾਲਵੇ ਦੇ ਵਿੱਚ ਮੈਜੋਰਟੀ ਸੱਚਾ ਸੇਵਾ ਸੋਧਿਆ ਦੀ ਵੋਟ ਹੈ ਉਹ ਡਿਸਾਈਡ ਕਰਦੀ ਮਾਲਵੇਚ ਹੂੰ ਔਰ ਇੱਕ ਤਰਫੀ ਹੋ ਕੇ ਪੈਂਦੀ ਹੈ ਵੀ ਉਹਨੂੰ ਕੈਪਚਰ ਕਿਵੇਂ ਕਰਨਾ ਸਵੇਕ ਥੋੜੇ ਬਹੁਤ ਨਾਰਾਜ਼ ਹੋ ਜਾਣਗੇ ਜਿਹੜੇ 30% ਨੂੰ ਤਾਂ ਮੈਨੂੰ ਵੈਸੇ ਹੀ ਨਹੀਂ ਪੈਂਦੇ ਹੂੰ ਤੇ ਮੈਂ ਮਾਲਵਾ ਕਿਵੇਂ ਜਿੰਨਾ 44-45 ਸੀਟਾਂ ਜਿਹੜੀਆਂ ਆ ਗਿਆ 60-70 60 ਸੀਟਾਂ ਨੇ ਮਾਲਵੇ ਦੀਆਂ ਉਥੋਂ ਮੈਂ 40-50 ਸੀਟਾਂ ਕਿਵੇਂ ਕਰਨੀਆਂ ਨੇ ਹੋ ਉਹ ਕਰਕੇ ਇਹਨਾਂ ਨੇ ਉਹ ਸਵਾਗਤ ਰਚ ਉਹਨੂੰ ਕਰ ਦਿੱਤਾ ਉਹਨੂੰ ਪਾ ਲਿਆ ਉਹਨੂੰ ਕਰਦੇ ਰਹੇ ਇਹ ਇਹ ਸਾਰੇ ਡਰਾਮੇ ਜਿਹੜੇ ਹੁੰਦੇ ਰਹੇ ਇਹ ਸਿਰਫ ਰਾਜਨੀਤੀ ਨੂੰ ਮੁੱਖ ਰੱਖ ਕੇ ਹੁੰਦੇ ਰਹੇ ਹੂੰ ਜਿੰਦੇ ਚ ਖਾਲਿ ਸਿੱਖਾਂ ਦਾ ਨੁਕਸਾਨ ਨਹੀਂ ਹੋਇਆ ਸਿੱਖਾਂ ਦਾ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਬਲੂ ਸਟਾਰ ਚ ਹੋਇਆ ਹੂੰ ਬਲੂ ਸਟਾਰ ਤੇ ਤੁਸੀਂ ਆ ਜਾਓ ਇਹਨਾਂ ਨੇ ਚਿੱਠੀਆਂ ਲਿਖ ਕੇ ਦਿੱਤੀਆਂ ਤਾਂ ਉਹਨੂੰ ਟੈਲੀਫੋਨ ਤਾਂ ਕੀਤਾ ਕਿ ਜਲਦੀ ਕਰੋ ਆਪਰੇਸ਼ਨ ਨਹੀਂ ਤਾਂ ਸਾਨੂੰ ਮਾਰ ਦੇਣਗੇ ਹੋ ਬਲੂ ਸਟਾਰ ਹੋਣ ਤੋਂ ਬਾਅਦ ਇਹਨਾਂ ਨੇ ਕਾਲ ਦਿੱਤੀ ਪ੍ਰਕਾਸ਼ ਸਿੰਘ ਬਾਦਲ ਨੇ ਫੌਜੀਆ ਨੂੰ ਵੀ ਬਹਿਰ ਕਾਂ ਛੱਡ ਦਿਓ ਹੋ ਤੇ ਪੰਜਾਬ ਨੂੰ ਅੰਮ੍ਰਿਤਸਰ ਨੂੰ ਵੀ ਹੇਰਾ ਕਤੋ ਸੁਨਮਣੀ ਅਕਾਲੀ ਦਲ ਨੇ ਇਹ ਬਿਆਨ ਦਿੱਤਾ ਬਾਦਲ ਸਾਹਿਬ ਨੇ ਬਿਆਨ ਦਿੱਤਾ ਬਾਦਲ ਸਾਹਿਬ ਦੇ ਔਰ ਆਬਵੀਅਸਲੀ ਸੇਫ ਫੌਜੀ ਪਾਵਰ ਸੀ ਉਹ ਉਹਨਾਂ ਨੇ ਬਹਿਰ ਕਾਂ ਛੱਡੀਆਂ ਹੂੰ ਔਰ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਉਹਨਾਂ ਨੂੰ ਅਜੇ ਤੱਕ ਕਿਸੇ ਨੇ ਨਹੀਂ ਪੁੱਛਿਆ ਉਹਨਾਂ ਦੀ ਜੌਬ ਵੀ ਗਈ ਹੋਣੀ ਆ ਸਜ਼ਾਵਾ ਵੀ ਮਿਲੀਆਂ ਜੇਲ੍ਹਾਂ ਵੀ ਕੱਟੀਆਂ ਜੌਬਾਂ ਵੀ ਗਈਆਂ ਹੋ। ਹੋ। ਔਰ ਪੈਨਸ਼ਨ ਆਵੇ ਗਈਆਂ ਸਭ ਕੁਝ ਹੀ ਗਿਆ ਉਹਨਾਂ ਦਾ। ਹੂੰ। ਔਰ ਇਹ ਆਪਣਾ ਜਾ ਕੇ ਰੈਸਟੋਰੈਂਟ ਬਹਿ ਕੇ ਦੇਰਾਂ ਦੋ। ਹੋ। ਇੱਕੋ ਹੀ ਚੀਜ਼ ਪੁੱਛੀ ਵੀ ਸੰਤ ਜਿਉਂਦੇ ਨੇ ਕਿ ਮਰ ਗਏ ਨੇ। ਹੂੰ। ਬਲੂ ਸਟਾਰ ਖਤਮ ਹੋਇਆ ਉਹ ਸੰਤਾਂ ਦਾ ਕੀ ਬਣਿਆ? ਹੂੰ। ਇਹ ਪੁੱਛਿਆ ਇਹਨਾਂ ਨੇ। ਵੀ ਸਾਡੀ ਰਾਜਨੀਤਿਕ ਸਪੇਸ ਖਾਲੀ ਹੋ ਗਈ ਜਾਂ ਨਹੀਂ ਹਾਂ ਮਤਲਬ ਇਹ ਸੰਤਾ ਤਵਨ ਨੂੰ ਟੈਲੀਫੋਨ ਕਰਕੇ ਇਹਨਾਂ ਨੇ ਬਲੂ ਸਟਾਰ ਕਰਾਇਆ ਵੀ ਜਲਦੀ ਕਰੋ ਟੋਰਾ ਸਾਹਿਬ ਨੇ ਚਿੱਠੀ ਲੈ ਕੇ ਭੇਜੀ ਉਹਨਾਂ ਦੇ ਵੱਡੇ ਲੀਡਰ ਨੇ ਬਈ ਬਾਬਾਪੁਰ ਨੇ ਇਹਨਾਂ ਦੇ ਕਿ ਇੱਕ ਇੱਕ ਤੁਸੀਂ ਪੋਤੜੇ ਖੋਲੋਗੇ ਵੀ ਰਾਜਨੀਤੀ ਰਹੇ ਕਿਵੇਂ ਨਹੀਂ ਨਹੀਂ ਦੇਰ ਹੂੰ ਕੀ ਬੰਦੀ ਵੱਡੀ ਗੱਲ ਹੈ ਵੀ ਜਿਹੜੇ ਸਿੱਖ ਮੁੱਦੇ ਸੀ ਪੰਜਾਬ ਦੇ ਮੁੱਦੇ ਸੀ ਚਾਹੇ ਪਾਣੀਆਂ ਦਾ ਮੁੱਦਾ ਸੀ ਪੰਜਾਬੀ ਭਾਸ਼ਾ ਬੋਲਦੇ ਇਲਾਕਿਆਂ ਦਾ ਮੁੱਦਾ ਸੀ ਜਾ ਖੁਦਮਖਤਿਆਰੀ ਦਾ ਮੁੱਦਾ ਸੀ ਉਹ ਸਾਰੇ ਮੁੱਦੇ ਛੱਡ ਦੇ ਉਹ ਛੱਡਣ ਤੋਂ ਬਾਅਦ ਵੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਬੀਜਪੀ ਬੀਜਪੀ ਨਾਲ ਆਲਾਈਅੰਸ ਹੋ ਜਾਂਦਾ ਤੇ ਇਹ ਸਾਰੀਆਂ ਚੀਜ਼ਾਂ ਕਿਵੇਂ ਵਾਪਰ ਰਹੀਆਂ ਨੇ ਉਹੀ ਤਾਂ ਕਿਹਾ ਮੈਂ ਤੁਹਾਨੂੰ ਕਿ 60% ਸਿੱਖ ਵੋਟ ਤਾਂ ਪੱਕੀ ਹੈ ਨਾ ਤਕੜੀ ਦੀ ਹੂੰ ਪੰਥ ਪੰਥ ਕਹਿੰਦੇ ਨੇ ਪੰਥ ਹੂੰ ਅਕਾਲੀ ਦਲ ਤਾਂ ਕਹਿੰਦੇ ਨਹੀਂ ਸੀ ਨਾ ਪੰਥ ਨੂੰ ਵੋਟ ਪਾਓ ਹੂੰ ਆਮ ਪਿੰਡਾਂ 'ਚ ਤਾਂ ਫਿਰ ਪੰਥ ਨੂੰ ਹੀ ਪੈਂਦੀ ਹੈ ਮੰਥ ਤੋਂ ਕੋਈ ਮੂੰਹ ਨਹੀਂ ਫੇਰਦਾ ਨਹੀਂ ਫੇਰਦਾ ਤੇ ਬਾਕੀ ਉਹਨਾਂ ਨੇ ਭਾਜਪੀ ਨਾਲ ਐਲਾਈਅੰਸ ਕਰ ਲਈ ਸੱਚੇ ਸੌਦੇ ਵਾਲਿਆਂ ਨੂੰ ਖੁਸ਼ ਕਰ ਲਿਆ ਨਿਰੰਕਾਰੀਆਂ ਨੂੰ ਖੁਸ਼ ਕਰ ਲਿਆ ਤਾਂ ਫਿਰ ਸਰਕਾਰਾਂ ਤਾਂ ਬਣਨੀਆਂ ਹੀ ਆ ਹੂੰ ਰਹੇ ਜਦੋਂ ਅੰਦੀ ਤਬਕਾ ਜਦੋਂ ਆਂਦੀ ਹੈ ਚੇਂਜ ਆ ਕੇ ਹੂੰ ਜਦੋਂ 2000 ਸੱਤ ਚ ਦਰਬਾਰਾ ਚੌਥੀ ਵਾਰ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਹਾਂਜੀ ਤੇ ਫਿਰ ਸਾਰੇ ਸਿਨੈਰੋ ਚੇਂਜ ਹੋ ਜਾਂਦਾ ਫਿਰ ਸੁਖਬੀਰ ਬਾਦਲ ਦੀ ਐਂਟਰੀ ਹੁੰਦੀ ਹੈ। ਹੂੰ। ਔਰ ਉਹ ਬਿਜ਼ਨਸ ਮੈਨੇਜਮੈਂਟ ਕਰਕੇ ਆਉਂਦੇ ਨੇ ਅਮਰੀਕਾ ਤੋਂ। ਹੂੰ। ਫਿਰ ਅਕਾਲੀ ਦਲ ਬਿਜ਼ਨਸ ਬਣ ਜਾਂਦਾ ਹੈ। ਇੱਕ ਤਾਂ ਕਹਿੰਦੇ ਸੀ ਇਹ ਪਰਿਵਾਰ ਪਰਿਵਾਰ ਦਾ ਹੋ ਗਿਆ, ਅਕਾਲੀ ਦਲ ਪਰਿਵਾਰ ਦਾ ਹੋ ਗਿਆ। ਹੂੰ। ਬਈ ਸਾਰੇ ਹੀ ਪਰਿਵਾਰ ਦੇ ਮੈਂਬਰ ਭਾਵੇਂ ਜੁਆਈ ਹੋਏ, ਭਾਵੇਂ ਉਹ ਸੁਖਬੀਰ ਬਾਦਲ ਹੋਏ, ਉਹਦੀ ਘਰ ਵਾਲੀ ਹੋਏ, ਉਹ ਦਾ ਸਾਲਾ ਵਿਕਰਮ ਜੀ ਇਹ ਤਾਂ ਲੰਮੇ ਸਮੇਂ ਤੋਂ ਪ੍ਰਚਾਰ ਹੁੰਦਾ ਵੀ ਅਕਾਲੀ ਦਲ ਦੇ ਵਿੱਚ ਪਰਿਵਾਰਵਾਦ ਭਾਰੂ ਹੋ ਗਿਆ ਹੈ। ਹਾਂਜੀ ਪਰ ਤੁਸੀਂ ਉਸ ਤੋਂ ਅਗਲੀ ਗੱਲ ਕਰ ਰਹੇ ਹੋ। ਹਾਂ ਮੈਂ ਉਹ ਉਹ ਕਰ ਰਿਹਾ ਕਿ ਇਹ ਬਿਜ਼ਨਸ ਅਕਾਲੀ ਦਲ ਹੋ ਗਿਆ। ਹੂੰ ਪੰਥ ਪੰਥ ਛੱਡ ਗਏ। ਹੂੰ ਪੰਜਾਬੀ ਪੰਜਾਬ ਪਾਰਟੀ ਬਣ ਗਈ। ਹੂੰ ਔਰ ਉੱਥੋਂ ਸ਼ੁਰੂ ਕੀ ਹੋਇਆ ਕਿ ਸਾਰਾ ਹੀ ਪੰਜਾਬ ਲੁੱਟ ਲੋ। ਹੂੰ ਇਹ ਵੀ ਫਲਸਫੀ ਪਤਾ ਨਹੀਂ ਕਿੱਥੋਂ ਲੈ ਕੇ ਆਏ। ਪਹਿਲਾਂ ਤੇ ਲੜਾਉਂਦੇ ਰਹੇ ਆਪਸਿ ਹੂੰ ਜਿਹੜਾ ਵੀ ਸਾਧੂ ਸੰਤ ਮਹਾਰਾਜ ਆ ਉੱਪਰ ਉੱਟਦਾ ਸੀ ਉਹਦੇ ਪੈਰੀਂ ਬੈਠੇ ਹੁੰਦੇ ਸੀ ਹੂੰ ਭੁਨਿਆਰਾ ਇੱਕ ਗਾਰਡ ਸੀਗਾ ਫੋਰੈਸਟ ਗਾਰਡ ਹੂੰ ਉਹਨੇ ਹਿਪਨੋਟਾਈਜ਼ ਕਰ ਲਿਆ ਗਰੀਬ ਲੋਕਾਂ ਨੂੰ ਬਿਲਕੁਲ ਜੀ ਆ ਮਾਈਕ ਜੇ ਲਾ ਕੇ ਉਦੋਂ ਮਾਈਕ ਇਹ ਹੁੰਦੇ ਨਹੀਂ ਸੀ ਵੀ ਇੱਥੋਂ ਤੁਸੀਂ ਬੋਲੋ ਤੇ ਆਵਾਜ਼ ਤੁਹਾਡੀ ਉੱਥੋਂ ਨਿਕਲੇ ਹੂੰ ਇਹ ਉਹਨੇ ਸਿਸਟਮ ਬਾਹਰੋਂ ਲੈ ਆਂਦਾ ਹੂੰ ਉਹ ਕਹਿੰਦੇ ਦੇਖੋ ਜੀ ਉਹ ਇੱਥੇ ਹੈ ਵੀ ਨਹੀਂ ਉਹਦੀ ਆਵਾਜ਼ ਆ ਰਹੀ ਹੈ ਹੂੰ ਤੇ ਬਾਲਦਰ ਸਾਹਿਬ ਹੁੰਦੇ ਵੀ ਪੈਰੀ ਪੈ ਕੇ ਵੀ ਇਹਦੀ ਵੋਟ ਵੀ ਮੈਨੂੰ ਚਾਹੀਦੀ ਹੈ। ਹੂੰ ਅਸ਼ੂਤੋਸ਼ ਆਇਆ ਤੇ ਬਾਲਦਰ ਸਾਹਿਬ ਅਸ਼ੂਤੋਸ਼ ਦੇ ਪਹਿਰਾ ਜਿ ਬੈਠੇ ਸੀ ਵੀ ਇਹਦੀ ਵੋਟ ਵੀ ਆਪਾਂ ਨੂੰ ਚਾਹੀਦੀ ਆਪਾਂ ਨੂੰ ਤਾਂ ਸਾਰੇ ਅਫਿਰਕਾਂ ਦੀ ਵੋਟ ਪਈ ਚਾਹੀਦੀ ਹੈ। ਹੂੰ ਜਿੱਥੇ ਕਨਫਰਨਟ੍ਰੇਸ਼ਨ ਹੁੰਦੀ ਸੀ ਹੂੰ ਉਥੇ ਸਿੱਖਾਂ ਨੂੰ ਮਾਰਦੇ ਸੀ। ਤਾਂ ਕਿ ਬਾਕੀ ਧੜਕੇ ਖੁਸ਼ ਰਹਿਣ। ਵੀ ਇਹ ਤਾਂ 60% ਮੈਨਰੇਗੇ ਇਹ ਜਿਹੜੇ ਇਹ ਜਿਹੜੇ ਰਿਵੋਟ ਕਰਦੇ ਨੇ 30% ਤਾਂ ਮੈਨੂੰ ਵੈਸੇ ਹੀ ਨਹੀਂ ਪੈਂਦੇ। ਹੂੰ ਜਿਹਨਾਂ ਨੂੰ ਮਾਰਨਾ। ਹੂੰ ਇਹ ਤਾਂ ਰੈਡੀਕਲ ਨੇ ਇਹ ਤਾਂ ਮੈਨੂੰ ਵੈਸੇ ਹੀ ਨਹੀਂ ਪੈਂਦੇ ਹੂੰ ਇਹਨਾਂ ਦੀ ਮੈਨੂੰ ਵੋਟ ਹੀ ਨਹੀਂ ਚਾਹੀਦੀ ਹੂੰ ਇਸ ਕਰਕੇ ਇਹਨਾਂ ਨੂੰ ਮਾਰੋ ਉਹਨਾਂ ਨੂੰ ਖੋਜ ਕਰੋ ਹੂੰ ਬੜੀ ਤੇਡੀ ਰਾਜਨੀਤੀ ਸੀ ਜਿੱਦਾਂ ਇੱਕ ਕੈਪਟਨ ਸਾਹਿਬ ਸਟੇਟ ਵੱਲੋਂ ਕੇਂਦਰ ਵੱਲੋਂ ਵੀ ਇੱਕ ਇਹ ਕਿਹਾ ਜਾਂਦਾ ਕਿ ਵਿਚਾਰ ਦੁਆਰਾ ਦੁਆਰਾ ਫਲਾਇਆ ਜਾਂਦਾ ਸੀ ਇੱਕ ਬ੍ਰਤਾਂਤ ਸਿਰਜਿਆ ਜਾਂਦਾ ਸੀ ਕਿ ਸਿੱਖ ਕਦੇ ਰਾਜ ਨਹੀਂ ਕਰ ਸਕਦੇ ਪਰ ਬਾਦਲ ਸਾਹਿਬ ਨੇ ਜਿਹੜੀ ਤੇਡੀ ਰਾਜਨੀਤੀ ਕੀਤੀ ਆ ਉਸ ਵਰਤਾਂਤ ਨੂੰ ਤਾਂ ਤੋੜਿਆ ਸਿੱਖਾਂ ਨੇ ਰਾਜ ਤਾਂ ਕਰਕੇ ਦਿਖਾਇਆ ਜਿਵੇਂ ਪਹਿਲਾਂ ਕਿਹਾ ਜਾਂਦਾ ਸੀ ਵੀ ਸਿੱਖ ਤਾਂ ਲੜਨ ਭਿੰਨ ਵਾਲੀ ਕੌਮ ਆ ਇਹ ਲੜਨਾ ਹੀ ਜਾਣਦੇ ਆ ਰਾਜ ਨਹੀਂ ਕਦੇ ਕਰ ਸਕਦੇ ਪਰ ਰਾਜ ਤਾਂ ਕਰਕੇ ਦਿਖਾਇਆ ਬਦਲ ਸਾਹਿਬ ਨੇ ਤੋਂ ਰਾਜ ਤਾਂ ਮਰਿੰਦਰ ਸਿੰਘ ਨੇ ਮੈਂ ਕਰਕੇ ਦਿਖਾਇਆ ਉਹਨੇ ਵੀ 10 ਸਾਲ ਕਰਕੇ ਦਿਖਾਇਆ ਇਹਨਾਂ ਨੇ ਕੀ ਰਾਜ ਕੀਤਾ ਦੇਖੋ ਤੁਸੀਂ ਚੀਫ ਮਿਨਿਸਟਰ ਤੁਸੀਂ 800 ਬੱਸਾਂ ਪਾ ਲਓ ਉਹ ਵਾਲ ਉਹ ਤੁਸੀਂ ਕੈਨੇਡੀਅਨ ਵਾਲਿਆਂ ਦੇ ਵੀ ਖੋਜੋ ਡੰਡੇ ਨਾਲ ਉਹਨਾਂ ਦੇ ਲਾਇਸੈਂਸ ਲੈ ਜਾਓ ਜਿਹੜੇ ਜਿਹੜੇ ਪਰਮ ਸਾਰੇ ਤੁਸੀਂ ਡੰਡੇ ਨਾਲ ਖੋਜੋ ਹੂੰ ਤੁਸੀਂ ਹੋਟਲ ਬਣਾ ਲਓ ਹੂੰ ਦੇਵੀ ਨਾਲ ਨਾਲ ਪਾਣੀ ਦਾ ਸਮਝੌਤਾ ਕਰਕੇ ਐਸਵਾਈਐਲ ਦਾ ਤੇ ਤੁਸੀਂ ਉਹਦੇ ਤੋਂ ਕਰੋੜਾਂ ਰੁਪਏ ਤੇ ਉਹ ਹੋਟਲ ਦੀ ਜਗ੍ਹਾ ਲੈ ਜਾਓ ਗੜਗਾਉ 50 ਏਕੜ ਹੂੰ ਮਤਲਬ ਫਿਰ ਤੁਸੀਂ ਉਧਰ ਨੂੰ ਤੁਰ ਪੈਣਾ ਤੇ ਤੁਸੀਂ ਕਰੋੜਾਂ ਰੁਪਏ ਦੀਆਂ ਪਾਰਕਿੰਗਸ ਬਣਾ ਜਾਓ ਅਮਰੀਕਾ 'ਚ ਹੂੰ ਫਾਰਮ ਹਾਊਸੇਸ ਬਣਾ ਜਾਓ ਬਾਲਾ ਸਰ ਫਾਰਮ ਹਾਊਸ ਬਣਾ ਦਿਓ ਹੂੰ ਇੱਥੇ ਆ ਇੱਕ ਸਾਡੇ ਨੇੜੇ ਬਣਿਆ ਇਹਨੂੰ ਕੀ ਕਹਿੰਦੇ ਨੇ ਆ ਜਿੱਤੇ 5 ਲੱਖ ਦਾ ਕਮਰਾ ਇਹ ਬਣਾ ਜਾਓ ਹੂੰ ਔਰ ਨੀਂ ਚੰਡੀਗੜ੍ਹ ਦੀ ਸਾਈਡ ਬਣਿਆ ਇਹਨਾਂ ਨੇ ਆ ਆ ਇੱਥੋਂ 4-5 ਕਿਲੋਮੀਟਰ ਹੀ ਹੈ ਆਰਬਿਟਰ ਜੋਟਸ ਨਹੀਂ ਆਰਬਿਟ ਨਹੀਂ ਹਾਂਜੀ ਇਹਦਾ ਮੈਨੂੰ ਨਾਮ ਭੁੱਲ ਗਿਆ ਇਹਦਾ ਕੀ ਹੈ ਜੇ ਹੈਗਾ ਆਰਬਿਟ ਤੋਂ ਹੈ ਹਰਿਆਣਾ ਗੁਰਦਾਉਂ ਕੋਲੇ ਗੜਗਾਉਂ ਕੋਲੇ ਹਾਂਜੀ ਹੂੰ ਤੋ ਇਹਦਾ ਵੀ ਆ ਜਾਊਗਾ ਖੈਰ ਇਹ ਇਹ ਬਣਾ ਲਓ ਹੂੰ ਮਤਲਬ ਫਿਰ ਇਹ ਸਾਰਾ ਪ੍ਰਾਪਰਟੀ ਵਾਲੇ ਪਾਸੇ ਹੋ ਗਏ ਹੂੰ ਔਰ ਜਦੋਂ ਰਾਜਾ ਹੀ बिजनेसमੈਨ ਹੋ ਗਏ ਤੇ ਉਹਦੇ ਫਿਰ ਜਿਹੜੀ ਪਰਜਾ ਉਹ ਤਾਂ ਪਖਾਰੀ ਹੋਏਗੀ ਹੂੰ ਬਹੁਤ ਸਾਰੇ ਲੋਕਾਂ ਨੇ ਕਮੈਂਟ ਵੀ ਕਰਨੇ ਸ਼ੁਰੂ ਕਰ ਦਿੱਤੇ ਸੀ ਵੀ ਬਾਦਲ ਸਾਹਿਬ ਜਿੱਥੇ ਜਾ ਕੇ ਕਿਤੇ ਰੁਕ ਵੀ ਜਾਂਦੇ ਆ ਤਾਂ ਉਥੇ ਵੀ ਜਿਹੜਾ ਉਹਦਾ ਕਿਸੇ ਦਾ ਬਿਜ਼ਨਸ ਹੁੰਦਾ बिजनेसमੈਨ ਨੂੰ ਵੀ ਉਹਦੇ 'ਚ ਵੀ ਆਪਣਾ ਹਿੱਸਾ ਪਾ ਲੈਂਦੇ ਆ ਮਤਲਬ ਪਾਲ ਨਹੀਂ ਲੈਂਦੇ ਜਦੋਂ ਪਾਲ ਲੈਂਦੇ ਤਾਂ ਬਹੁਤ ਵਧੀਆ ਬਿਜ਼ਨਸ ਤੇ ਕਿਸ ਤਰੀਕੇ ਨਾਲ ਉਲਟੇ ਤਰੀਕੇ ਨਾਲ ਉਹਨੂੰ ਖੋਹ ਹੀ ਲੈਂਦੇ ਸੀ ਹੂੰ ਤੋਂ ਇਸ ਕਰਕੇ ਇਹਨਾਂ ਨੇ ਫਿਰ ਇਹ ਕੰਮ ਜਦੋਂ ਸ਼ੁਰੂ ਕਰਤਾ ਤੇ ਫਿਰ 2017 ਦੀ ਇਲੈਕਸ਼ਨ ਜਿਹੜੇ ਆ ਗਈ ਹੂੰ ਔਰ ਇਹਨਾਂ ਨੇ ਉਹ ਬਰਗਾੜੀ ਵਾਲਿਆ ਦਾ ਕਾਂਡ ਰਜ ਦਿੱਤਾ ਹੂੰ ਬਰਗਾੜੀ ਕਾਂਡ ਹੋਇਆ ਜੀ ਹਾਂ ਉਹ ਕਿਉਂ ਹੋਇਆ ਕਾਂਡ ਉਹ ਕਾਂਡ ਸੀ ਕਿ ਸਿਰਸੇ ਦੀ ਵੋਟ ਬਿਲਕੁਲ ਪੱਕੀ ਕਰ ਲਓ ਹੂੰ ਤੇ ਇੱਕ ਦੋ ਸਿੱਖ ਜਿਹੜੇ ਨੇ ਮਾਰਨੇ ਪੈਦੇ ਮਾਰ ਦਿਓ ਹੂੰ ਪਰ ਉਥੇ ਜਿਹੜੀ ਬੇਅਦਵੀ ਹੋਈ ਨਾ ਬੰਦੇ ਬੰਦੇ ਤੋਂ ਨਹੀਂ ਬਾਬਾ ਮਰਿਆ ਹੂੰ ਕਿਉਂਕਿ ਇਹਦੇ ਪਿੱਛੇ ਪੂਰੀ ਪੂਰੀ ਲਾਈਨ ਜਿਹੜੀ ਆ ਚੈਨਲ ਜਿਹੜਾ ਸੀ ਉਹ ਹਿੰਦੁਸਤਾਨ ਦੀ ਸਰਕਾਰ ਦਾ ਚੈਨਲ ਹਮੇਸ਼ਾ ਇਹਦੇ ਨਾਲ ਰਿਹਾ ਨਾਲ ਰਿਹਾ ਵੀ ਸਿੱਖਾਂ ਨੂੰ ਕੰਟਰੋਲ ਕਰਨ ਨੂੰ ਆਸਤੇ ਤੇ ਇਹਨੂੰ ਅੱਗੇ ਪਾਵਰ ਚਲਿਆਉਣ ਵਾਸਤੇ ਹਮੇਸ਼ਾ ਹੂੰ ਅਜੰਸੀਆਂ ਨੂੰ ਗਾਈਡ ਕਰਦੇ ਰਹੀਆਂ ਉਹਨਾਂ ਤੇ ਚੱਲਦਾ ਰਿਹਾ ਕਿ ਤੈਨੂੰ ਅਸੀਂ ਪਾਵਰ 'ਚ ਰੱਖਣਾ ਹੈ ਤੇ ਤੂੰ ਕਿਵੇਂ ਰਹਿਣਾ ਤੇ ਇੱਥੋਂ ਤੱਕ ਕਿ ਤੁਹਾਡੇ ਅਕਾਲ ਤਖਤ ਦੇ ਜਥੇਦਾਰ ਵੀ ਜਿਹੜੇ ਨੇ ਉਹ ਆਰਐਸਐਸ ਅਪਾਇੰਟ ਕਰਦੀ ਅੱਜ ਵੀ ਉਹੀ ਕਰਦੀ ਹੈ। ਹੂੰ। ਔਰ ਪਹਿਲਾਂ ਵੀ ਉਹੀ ਕਰਾਦੀ ਸੀ। ਹੂੰ। ਭਾਜਪਾ ਨਾਲ ਸਾਂਝ ਦਾ ਕਿਤੇ ਉਹੀ ਸੂਤਰ ਤਾਂ ਨਹੀਂ? ਉਹੀ ਸੂਤਰ ਸੀਗਾ ਨਾ। ਬਈ ਉਹ ਕੰਟਰੋਲ ਕਰਨਾ ਚਾਹੁੰਦੇ ਸੀ ਖਾ ਨੂੰ। ਹੂੰ। ਇਹਦੇ ਥਰੂ ਕਰਨਾ ਚਾਹੁੰਦੇ ਸੀ। ਇਹ ਵਿਲਿੰਗਲੀ ਸੀਗਾ। ਤੋ ਇਹਨਾਂ ਨੇ ਫਿਰ ਕਿਹਾ ਕਿ ਜਦੋਂ ਬੇਦਬੀ ਹੋਈ ਤੇ ਉੱਥੇ ਉਹ ਜਦਾ ਬੇਦਬੀ ਬਿਮਾਰੀ ਮੋਟੀ ਕਰ ਲੈਂਦੇ ਠੀਕ ਸੋ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲੈ ਗਏ। ਚੋਕਲੇ ਤੁਸੀਂ ਚੁੱਪ ਕਰਕੇ ਬਹਿ ਜਾਓ। ਉਹਨਾਂ ਨੇ ਪੋਸਟਰ ਲਾਤੇ ਸਿੱਖ ਕੌਮ ਨੂੰ ਚੈਲੰਜ ਕਰਤਾ ਕਿ ਜੇ ਤੁਹਾਡਾ ਗੁਰੂ ਹਿੰਮਤ ਹੈ ਫਿਰ ਤੁਸੀਂ ਛਡਾ ਲਓ ਫਾਨੂੰ ਗੁਰੂ ਦਾ ਸਾਡਾ ਹੈਗਾ ਹੀ ਆ ਛਡੋ ਉਹਨਾਂ ਦਾ ਪਸੇਖਾ ਨੇ ਹੈ ਜੀ। ਹੂੰ ਲੋਕਾਂ ਦੀ ਇਹ ਭਾਵਨਾਵਾਂ ਤਾਂ ਜੁੜੀਆਂ ਹੋਈਆਂ ਨੇ। ਭਾਵਨਾਵਾਂ ਵਿੱਚ ਸਿੱਖ ਹੀ ਜੁੜੇ ਹੋਏ ਨੇ ਕਿ ਭਾਵਨਾਵਾਂ ਕੀ ਹੁੰਦੀਆਂ। ਹੂੰ ਭਾਵਨਾਵਾਂ ਕੀ ਹੁੰਦੀਆਂ ਸਾਡੀਆਂ ਤਾਂ ਆਤਮਾ ਵੀ ਜੁੜੀਆਂ ਹੋਈਆਂ ਨੇ ਹੂੰ ਭਾਵਨਾਵਾਂ ਤਾਂ ਬੜੀ ਛੋਟੀ ਜੀ ਗੱਲ ਆ ਹੂੰ ਤੇ ਉੱਥੇ ਫਿਰ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਇਹ ਕਹਿੰਦੇ ਹੋਰ ਧੜਕਣ ਦਿਓ ਹੂੰ ਇਹਨੂੰ ਹੋਰ ਧੜਕਣ ਦਿਓ ਜਦੋਂ ਪੋਸਟਰ ਲੱਗ ਰਿਹਾ ਪਿੰਡ ਦੇ ਚ ਬਾਹਰ ਦੇ ਤੁਸੀਂ ਉਸੇ ਗੁਰੂਗ੍ਰੰਥ ਸਾਹਿਬ ਇਕਠਾਣੇਦਾਰ ਨੂੰ ਕਹਿੰਦੇ 2 ਮਿੰਟ ਲੱਗ ਸਕਦਾ ਸੀ ਹੂੰ ਇਹ ਉਸ ਪਾਸੇ ਗਿਆ ਹੀ ਨਹੀਂ ਹੂੰ ਜਦੋਂ ਦੋ ਦੋ ਮਹੀਨਿਆਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਸੀ ਉਹਨਾਂ ਨੇ ਪਾੜ ਕੇ ਰੂੜੀਆਂ ਦੇ ਸੁਰਤੇ ਨਾਲਿਆਂ 'ਚ ਸੁੱਟ ਤੇ ਹੂੰ ਇਹਨਾਂ ਨੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਤੇ ਸੰਗਤਾਂ ਨੂੰ ਤਾਂ ਧੜਕਣਾ ਹੀ ਸੀ ਤੇ ਸੰਗਤ ਧੜਕ ਕੇ ਆ ਕੇ ਤੇ ਸੜਕ ਦੇ ਉੱਤੇ ਬਹਿ ਕੇ ਧਰਨਾ ਮਾਰ ਰਹੀ ਆ ਹੂੰ ਵੀ ਤੁਸੀਂ ਐਕਸ਼ਨ ਕਿਉਂ ਨਹੀਂ ਲੈਂਦੇ ਹੂੰ ਉਹ ਰਵਾਜ ਹੈ ਧਰਨਾ ਬਿਲਕੁਲ ਜੀ ਬਜਾਏ ਕਿ ਸਰਕਾਰ ਨੂੰ ਉਹਨਾਂ ਨਾਲ ਬਹਿ ਕੇ ਗੱਲ ਕਰਨ ਦੇ ਕਿ ਅਸੀਂ ਲੱਭ ਰਹੇ ਆਂ ਅਸੀਂ ਬੰਦੇ ਲੱਭ ਰਹੇ ਆਂ ਅਸੀਂ ਫੜ ਲੈਣੇ ਆਂ ਤੁਹਾਨੂੰ ਪਤਾ ਉਹਨਾਂ ਮਤਲਬ ਆਮ ਹੁੰਦੇ ਨਹੀਂ ਆਮ ਇਹੀ ਕਰਦੇ ਨੇ ਬਿਲਕੁਲ ਜੀ ਬਿਲਕੁਲ ਨਮਾਇंदे ਭੇਜਦੇ ਨੇ ਆ ਕੇ ਗੱਲਬਾਤ ਹੁੰਦੀ ਹੈ ਵੀ ਇਹਨੂੰ ਡਿਫਿਊਜ਼ ਕਿਵੇਂ ਕਰਨਾ ਇਹਨਾਂ ਨੇ ਉਲਟਾ ਹੀ ਆਰਡਰ ਕਰਤੇ ਕਿ ਖਾਲੀ ਕਰ ਦਿਓ 2 ਘੰਟੇ ਸੜਕ ਹੂੰ ਉਹ ਸੈਣੀ ਵੈਸੇ ਮਸ਼ਹੂਰ ਆ ਤੁਹਾਨੂੰ ਪਤਾ ਹੂੰ ਹੂੰ ਉਥੇ ਇਹਨਾਂ ਨੇ ਸਾਡੇ ਹੀ ਸਿੱਖ ਮਾਰਤੇ ਸਾਡਾ ਹੀ ਗੁਰੂ ਸਾਡਾ ਹੀ ਗੁਰੂ ਰੂੜੀਆਂ ਤੇ ਖੂਨ ਵੀ ਸਿੱਖਾ ਅਸੀਂ ਪ੍ਰੋਟੈਸਟ ਕਰਦੇ ਆ ਤੇ ਖੂਨ ਵੀ ਸਾਡਾ ਡੁੱਲ ਰਿਹਾ ਹੂੰ ਉਧਰ ਫੇ ਪਤਾ ਨਹੀਂ ਹਲਦਾ ਉਥੇ ਆ ਕੇ ਫਿਰ ਜਿਹੜੀ ਇਹਨੂੰ ਮਾਰ ਪਈ ਹੈ ਉਹ ਗੁਰੂ ਦੀ ਮਾਰ ਪਈ ਹੈ ਹੂੰ ਉਥੋਂ ਇਹਦਾ ਪਾਸਾ ਉਲਟਾ ਹੋਇਆ ਜਿੰਨੇ ਇਹਨੇ ਪਾਪ ਕੀਤੇ ਸੀਗੇ ਹੂੰ ਜਿੰਨੇ ਇਹਨੇ ਪਾਪ ਕੀਤੇ ਸੀ ਹੁਣ ਇਹਨਾਂ ਦੇ ਪਾਪਾਂ ਦੇ ਤੁਸੀਂ ਲਿਸਟ ਲੈ ਲਓ ਹੂੰ ਸ਼ਾਇਦ ਤੁਸੀਂ ਗਿਣੀ ਨਹੀਂ ਸਕਦੇ ਹੂੰ ਪੁਲਿਸ ਮੁਕਾਬਲੇ ਦੀ ਚਰਚਾ ਵੀ ਚੱਲਦੀ ਹੈ ਇਸ ਬੰਦੇ ਨੇ ਸਿਖਾ ਨੂੰ ਗੱਡੀਆਂ ਨਾਲ ਪਾੜਿਆ ਹੋਵੇ ਹੂੰ ਕਤਲ ਕੀਤਾ ਹੋਵੇ ਬੇਰਹਿਮੀ ਨਾਲ ਟੌਰਚਰ ਕੀਤੇ ਹੋਣ ਹੂੰ ਔਰ ਉਹਨੂੰ ਤੁਸੀਂ ਡੀਜੀਪੀ ਲਾ ਦਿਓ ਆਪਣਾ ਡੀਜੀਪੀ ਹੂੰ ਇਹਦਾ ਮਤਲਬ ਸਾਰਾ ਕੁਝ ਤੁਸੀਂ ਕਰਵਾ ਰਹੇ ਸੀ ਬਿਲਕੁਲ ਮੈਂ ਹੁਣ ਤੁਹਾਨੂੰ ਡੀਜੀਪੀ ਲਾਵਾਂਗਾ ਹੂੰ ਤੁਸੀਂ ਅਗਰ ਮੇਰੇ ਹਜ਼ਾਰਾਂ ਸਿੱਖ ਮਾਰੇ ਤਾਂ ਮੈਂ ਤਾਂ ਤੁਹਾਨੂੰ ਟੰਗ ਦੂੰਗਾ ਨਾ ਬੈਠਾ ਆਂਦੇ ਟੰਗ ਦੂੰ ਤੁਹਾਨੂੰ ਹੂੰ ਵੀ ਇਹਦਾ ਕਿਸ ਤਰ੍ਹਾਂ ਦਾ ਕਾਊਂਟਰ ਕਰੋ ਇਹਨੇ ਬੜੇ ਸਿੱਖ ਮਰਵਾਏ ਤੇ ਮੈਂ ਤਾਂ ਲਾ ਦੇ ਡੀਜੀਪੀ ਇਹ ਤੋਂ ਗੱਲ ਸਮਝ ਲੈ ਮੈਸੇਜ ਕਿੱਧਰ ਨੂੰ ਜਾਂਦਾ ਹੈ ਫਿਰ ਹੂੰ ਹੂੰ ਬਿਲਕੁਲ ਮੈਸੇਜ ਕਿੱਧਰ ਜਾਂਦਾ ਹੈ ਹਜ਼ਾਰ ਆਲਮ ਨੂੰ ਪਾਰਟੀ ਚ ਲੈ ਲਿਆ ਉਹਦੀ ਵਾਈਫ ਨੂੰ ਐਮਐਲਏ ਬਣਾਤਾ ਹੂੰ ਮਤਲਬ ਬੁਚਰਸ ਆਫ ਸਿੱਖ ਵਰ ਰਿਵਾਰਡਡ ਜੇ ਕਿਸੇ ਕੋਟਾ ਨੇ ਉਹਨਾਂ ਨੂੰ ਕਿਸੇ ਨੂੰ ਕੁਝ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦਿੱਤੀਆਂ ਇਹਨਾਂ ਨੇ ਉਹਨਾਂ ਦੀਆਂ ਸਜ਼ਾਵਾਂ ਮਾਫ਼ ਕਰਕੇ ਉਹਨਾਂ ਨੂੰ ਜੇਲ੍ਹਾਂ ਚੋਂ ਬਾਹਰ ਕੱਢਿਆ ਹੂੰ ਇਹਦਾ ਮਤਲਬ ਇਹ ਹੋਇਆ ਕਿ ਪੰਜਾਬ ਨੂੰ ਇਹਨਾਂ ਨੇ ਸਿੱਖਾਂ ਨੂੰ ਹੀ ਨੁਕਸਾਨ ਨਹੀਂ ਪਹੁੰਚਾਇਆ ਸਿੱਖਾਂ ਨੂੰ ਤਾਂ ਇਹਨਾਂ ਨੇ ਬਰਬਾਦ ਕੀਤਾ ਬਹੁਤ ਨੁਕਸਾਨ ਪਹੁੰਚਾਇਆ ਹੂੰ ਲੇਕਿਨ ਇਹਨਾਂ ਨੇ ਪੰਜਾਬ ਵੀ ਖਤਮ ਕੀਤਾ ਇਹ 300 ਲੱਖ ਕਰੋੜ ਦਾ ਕਰਜ਼ਾ ਵੀ ਇਹੀ ਲੈ ਕੇ ਆਏ ਨੇ ਹੂੰ ਹੋ ਤੁਸੀਂ ਉਹਨੂੰ ਬਾਬਾ ਬੋੜ ਦੱਸੇ ਚਲੋ ਹਾਂ ਠੀਕ ਹੈ ਜਿਹੜਾ ਕੋਈ ਬੰਦਾ ਇੰਨਾ ਕੁਝ ਕਰ ਸਕਦਾ ਹੈ ਤਾਂ ਫਿਰ ਬਾਬਾ ਬੋੜ ਹੀ ਨਾ ਹੋ ਤੁਸੀਂ ਮੁਕਾਬਲਿਆਂ ਦੀ ਗੱਲ ਕੀਤੀ ਹੈ ਚਰਚਾ ਹੋਰ ਵੀ ਚੱਲ ਰਹੀ ਹੈ ਵੀ ਮੁਕਾਬਲੇ ਨੌਜਵਾਨਾਂ ਦੇ ਤਾਂ ਹੁੰਦੇ ਹੀ ਰਹੇ ਆ ਬਾਦਲ ਸਾਹਿਬ ਦੀ ਸਰਕਾਰ ਦੇ ਟਾਈਮ ਦੇ ਵਿੱਚ ਸਿੱਖ ਨੌਜਵਾਨਾਂ ਦੇ ਮੁਕਾਬਲੇ ਹੋਏ ਆ ਕਮਿਊਨਿਸਟਾਂ ਦੇ ਮੁਕਾਬਲੇ ਵੀ ਹੋਏ ਆ ਕਮਿਊਨਿਸਟਾਂ ਨੂੰ ਵੀ ਮਾਰਿਆ ਗਿਆ ਜਿਦੇ ਵਿੱਚ ਇੱਕ ਵੱਡੀ ਉਦਾਹਰਨ ਦਿੱਤੀ ਜਾਂਦੀ ਆ ਬਾਬਾ ਬੂਝਾ ਸਿੰਘ ਜੀ ਦੀ ਜਿਨ੍ਹਾਂ ਦੀ ਉਮਰ ਉਸ ਵਕਤ 80 ਸਾਲ ਦੇ ਕਰੀਬ ਸੀ ਉਹਨਾਂ ਨੂੰ ਇੱਕ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਜਾਂਦਾ ਜਦ ਕਿ ਉਹ ਪੜਨ ਪੜਾਉਣ ਦਾ ਕੰਮ ਕਰਦਾ ਸੀ ਕਰਦੇ ਸੀ ਕਿਦਾਂ ਦੇਖਦੇ ਹੋ ਉਹ ਤਾਂ 77 ਜਦੋਂ ਕਾਮਰੇਡ ਮੂਵਮੈਂਟ ਆਈ ਹੈ ਹਾਂਜੀ ਇਹਦੀ ਸਰਕਾਰ ਸੀ ਹੂੰ ਔਰ ਇਹਨੇ ਫਾਟ ਫਾਟ ਕੇ ਮਾਰੇ ਹੂੰ ਕੋਈ ਜ਼ਿਆਦਾ ਨਹੀਂ ਮੇਰੇ ਖਿਆਲ 100 ਕੋ ਜਾਂ ਮੇਰੇ ਖਿਆਲ 40 50 ਇਨਕਾਊਂਟਰ ਹੋਇਆ ਜਾਂ 70 80 ਹੋਏ ਹੂੰ ਉਹ ਤੋਂ ਇੰਨੇ ਹੀ ਬੜੇ ਸੀ ਹੂੰ ਤਾਂ 70 80 ਵੀ ਜਿਹੜੇ ਇਨਕਾਊਂਟਰ ਫੇਕ ਹੋ ਜਾਣੇ ਵੱਡੀ ਗੱਲ ਆਉਂਦੀ ਸੀ ਹੈ ਹੂੰ ਥਾਣਾ ਜੋ ਕੱਢ-ਕੱਢ ਕੇ ਮਾਰਦੇ ਸੀ ਤੋਂ ਉਹ ਮੈਨੂੰ ਇੱਕ ਕਾਮਰੇਡ ਮੂਵਮੈਂਟ ਦਾ ਮੈਨੂੰ ਪਤਾ ਹੂੰ ਕਿਉਂਕਿ ਜ਼ਿਆਦਾ ਮੂਵਮੈਂਟ ਸੰਗਰੂਰ ਸਾਈਡ ਤੇ ਸੀਗੀ ਹੂੰ ਹੂੰ ਤੇ ਆਹ ਏਰੀਆ ਦੀ ਸੀਗੀ ਹੂੰ ਮੋਰਿੰਡਾ ਏਰੀਆ ਜੋਂ ਗੌਰ ਸਾਹਿਬ ਏਰੀਆ ਇਹ ਸਾਰੇ ਏਰੀਆ 'ਚ ਵੱਡੀ ਵੱਡੀ ਮੂਵਮੈਂਟ ਸੀਗੀ ਹੂੰ ਇੱਥੇ ਹੀ ਉਹ ਜਿਹੜੇ ਨੇ ਉਹ ਸ਼ਹੀਦ ਕੀਤੇ ਗਏ ਕੋਰਾਲੀ ਥਾਣੇ 'ਚ ਹੋਏ ਭਾਵੇਂ ਮੋਰਿੰਡੇ ਥਾਣੇ 'ਚ ਹੋਏ ਹੂੰ ਇੱਥੇ ਬਹੁਤ ਕਤਲੇਆਮ ਹੋਇਆ ਨੰ ਜਿਹੜੀ ਵੀ ਧਿਰ ਸੈਂਟਰ ਦੇ ਖਿਲਾਫ ਸੀ ਪੰਜਾਬ ਦੇ ਮੁੱਦਿਆਂ ਤੇ ਲੜਦੀ ਸੀ ਉਹ ਇਹਨਾਂ ਦੇ ਨਿਸ਼ਾਨੇ ਤੇ ਹੁੰਦੇ ਸੀ ਔਰ ਰਾਜਨੀਤੀ ਵੀ ਉਹਨਾਂ ਨੂੰ ਲੈ ਕੇ ਹੀ ਹੁੰਦੀ ਸੀ ਦੇਖੋ ਰਾਜਨੀਤੀ ਤਾਂ ਇਹਨਾਂ ਨੂੰ ਪਿੱਛੋਂ ਹੀ ਗਾਈਡਡ ਆ ਜਾਂਦੀ ਸੀ ਦੇਖੋ ਵੀ ਆਹ ਤਬਕਾ ਤੁਸੀਂ ਨਾਲ ਲੈ ਲਓ ਸਿੱਖ ਤਾਂ ਦੇਖੋ ਜੀ ਇਹਨਾਂ ਨੇ ਉਦੋਂ ਆ ਕੁਝ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਹੂੰ ਤੇ ਇੱਕ ਅਦਾ ਟੀਵੀ ਚੈਨਲ ਤੇ ਦੂਰਦਰਸ਼ਨ ਤੇ ਦੂਰਦਰਸ਼ਨ ਤੇ ਜੋ ਇਹਨਾਂ ਨੇ ਕਹਿਣਾ ਉਹ ਚੱਲਦਾ ਉਹ ਚੱਲਦਾ ਸੀ ਤੇ ਆਮ ਪਬਲਿਕ ਦਾ ਤਾਂ ਕੋਈ ਕੱਲ ਪਹੁੰਚ ਹੀ ਨਹੀਂ ਸਕਦੀ ਮੋਹ ਮੋਹੀ ਗੱਲਾਂ ਪੁੱਛਦੇ ਇਹ ਸੋਸ਼ਲ ਮੀਡੀਆ ਨਾ ਹੁੰਦਾ ਤੇ 215 ਵਾਲਾ ਕਾਂ ਵੀ ਇਹਨਾਂ ਨੇ ਪਛਾਹ ਜਾਣਾ ਸੀ ਹੂੰ ਇਹ ਵੀ ਇਹਨਾਂ ਨੇ ਖਤਮ ਕਰ ਦੇਣਾ ਸੀ ਕਿਉਂਕਿ ਉੱਥੇ ਬਰਗਾਰੀ ਹੋ ਰਿਹਾ ਹੈ ਤੇ ਤੁਹਾਨੂੰ 50 ਕਿਲੋਮੀਟਰ ਤੋਂ ਪਤਾ ਹੀ ਨਹੀਂ ਕਿਸੇ ਨੂੰ ਹੂੰ ਤੇ ਕੀ ਕਰੋਗੇ ਤੋਂ ਇਸ ਕਰਕੇ ਇਹਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਪੰਜਾਬ ਦਾ ਕੱਖ ਨਹੀਂ ਛੱਡਿਆ ਹੋਰ ਸਿੱਖ ਕੌਮ ਦਾ ਤਾਂ ਛੱਡੇ ਕੱਖ ਨਹੀਂ ਸਿੱਖਾਂ ਦਾ ਐਨਾ ਇਹਨਾਂ ਨੇ ਨੁਕਸਾਨ ਕੀਤਾ ਅੱਜ ਤੱਕ ਈਵਨ ਮੁਗਲਾਂ ਦੇ ਟਾਈਮ ਤੇ ਵੀ ਇਹਨਾਂ ਨੂੰ ਨੁਕਸਾਨ ਸਿੱਖਾਂ ਦਾ ਨਹੀਂ ਹੋਇਆ ਜਿੰਨਾ ਸਿੱਖਾਂ ਦਾ ਜਿਹੜਾ ਨੁਕਸਾਨ ਹੈ ਉਹ 78 ਤੋਂ ਲੈ ਕੇ ਅੱਜ ਤੱਕ ਹੋਇਆ ਔਰ ਉਹਦੋਂ ਏਹੀ ਹੁਕਮਰਾਨ ਰਹਿ ਹੁਣ ਤੁਸੀਂ ਦੇਖ ਲਓ ਵੀ ਇਹ ਬਾਬਾ ਬੋੜ ਹੈ ਆਪਣੇ ਆਪ ਹੀ ਫਖਰੇ ਕੌਮ ਹੈ ਗੀਤ ਵੀ ਆ ਰਹੇ ਆ আজকাল ਤਾਂ ਆਪਣੇ ਆਪ ਹੀ ਆਪਣਾ ਪੰਛਤਾ ਪ੍ਰਧਾਨ ਹੈ ਆਪਣੇ ਆਪ ਹੀ ਸ਼੍ਰੋਮਣੀ ਕਮੇਟੀ ਦਾ ਪਰਚੀ ਕੱਟਦਾ ਆਪਣੇ ਆਪ ਹੀ ਇਕਾਲੀ ਦਲ ਦਾ ਉਹ ਉਹਨਾਂ ਨੂੰ ਸੂਟ ਕਰਦਾ ਦਿੱਲੀ ਵਾਲਿਆਂ ਨੂੰ ਉਹਨਾਂ ਨੂੰ ਸੂਟ ਕਰਦਾ ਤੇ ਹੁਣ ਦੇਖੋ ਨਾ ਜਿਵੇਂ ਇਹਦੇ ਨਾਲ ਸੀ ਜਿੰਨੇ ਵੀ ਜਿਹੜੇ 10 15 ਨਿਰਮੈਨ ਜਿਹੜੇ ਉਹ ਕਿਵੇਂ ਤੜਫਦੇ ਫਿਰਦੇ ਹੁਣ ਜਿਵੇਂ ਤੜਫਦੇ ਫਿਰਦੇ ਤੋਂ ਇਸ ਕਰਕੇ ਅਜੇ ਵੀ ਕੁਝ ਲੋਗ ਉਹਨਾਂ ਦੇ ਹੱਕ 'ਚ ਵੀ ਬੋਲਦੇ ਆ ਪ੍ਰਕਾਸ਼ ਸਿੰਘ ਬਾਦਲ ਦੇ ਹੱਕ 'ਚ ਵੀ ਬੋਲਦੇ ਆ ਉਹ ਕੋਈ ਚੰਗੇ ਕੰਮ ਜਿਹੜੇ ਉਹਨਾਂ ਨੇ ਕੀਤੇ ਉਹ ਗਿਣਾ ਦਿੰਦੇ ਆ ਹੂੰ ਲੇਕਿਨ ਜੇ ਪੰਜ ਹੀ ਚੰਗੇ ਕੰਮ ਕੀਤੇ ਨੇ ਤੇ 5 ਲੱਖ ਗੰਦੇ ਕੰਮ ਵੀ ਕੀਤੇ ਆ ਹੂੰ ਸਾਨੂੰ 100 ਸਾਲ ਪਿੱਛੇ ਛੁੱਟ ਗਿਆ ਸਿੱਖਾਂ ਨੂੰ ਪੰਜਾਬ ਉਜੜ ਗਿਆ ਪੰਜਾਬ ਉਜੜ ਗਿਆ ਨਸ਼ੇ ਲੈਉਣ ਵਾਲੇ ਵੀ ਇਹ ਇਨਕਾਉਂਟਰ ਕਰਨ ਵਾਲੇ ਵੀ ਇਹ ਬਲੂ ਸਟਾਰ ਕਰਨ ਵਾਲੇ ਵੀ ਇਹ ਬੇਅਦਬੀ ਕਰਾਉਣ ਵਾਲੇ ਵੀ ਇਹ ਸਿੱਖਾਂ ਨੂੰ ਮਾਰਨ ਵਾਲੇ ਵੀ ਇਹ ਤੇ ਪੰਥ ਰਤਨ ਘੋਣ ਵਾਲੇ ਵੀ ਇਹ ਫਕਰੇ ਕੌਮ ਵੀ ਹੋਗੇ ਫਕਰੇ ਕੌਮ ਵੀ ਹੈ ਫਿਰ ਤੁਸੀਂ ਕੀ ਉਹਨਾਂ ਨੂੰ ਕੀ ਕਹੋਗੇ ਵੀ ਬਾਬਾ ਬੋਰ ਨੇ ਜਾਂ ਕੀ ਨੇ ਮੈਂ ਤਾਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਕਿ ਜਿਸ ਇਸ ਸਦੀ ਚ ਜੋ ਸਿੱਖਾਂ ਦਾ ਨੁਕਸਾਨ ਹੋਇਆ ਉਹ ਗੁਰੂ ਗੋਬਿੰਦ ਸਿੰਘ ਜਦੋਂ ਸਾਹਿਬ ਨੇ ਜਦੋਂ ਉਹਦਾ ਖਾਲਸਾ ਸਾਜਿਆ ਅੱਜ ਤੱਕ ਨਹੀਂ ਆਇਆ ਹੋਇਆ ਮੁਗਲਾਂ ਨੇ ਵੀ ਨਹੀਂ ਕੀਤਾ ਮੁਗਲਾਂ ਨੇ ਕਿੱਥੇ ਕੀਤਾ ਮੁਗਲਾਂ ਨਾਲ ਤਾਂ ਅਸੀਂ ਲੜਦੇ ਰਹੇ ਨਾ ਮੁਗਲ ਤਾਂ ਸਾਡੇ ਨਾਲ ਨਹੀਂ ਅਸੀਂ ਲੜਦੇ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਹੇ ਹੂੰ ਬਿਲਕੁਲ ਉਹ ਜ਼ੁਲਮ ਕਰਦੇ ਸੀ ਲੜਦੇ ਸੀ ਨਾਦਰ ਸ਼ਾਹ ਮੁਗਲਾਂ ਨਾਲ ਸਾਡੇ ਨਾਲ ਲੜਨ ਦੀ ਕੋਈ ਜ਼ਰੂਰਤ ਨਹੀਂ ਸੀ ਜਹਾਂਗੀਰ ਸਾਡੇ ਨਾਲ ਕਦੋਂ ਲੜਿਆ ਹੂੰ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨਾਲ ਸ਼ਿਕਾਰ ਕਿੱਢਣ ਜਾਂਦੇ ਰਹੇ ਤਿੰਨ ਤਿੰਨ ਚਾਰ ਚਾਰ ਮਹੀਨੇ ਸ਼੍ਰੀਨਗਰ ਰਹਿੰਦੇ ਰਹੇ ਹੂੰ ਉਹਨਾਂ ਤੋਂ ਬਿਨਾ ਰੋਟੀ ਨਹੀਂ ਸਿੱਖਾਂਦੇ ਹੂੰ ਜਦੋਂ ਗਰਮੀਆਂ ਸ਼੍ਰੀਨਗਰ ਜਾਣਾ ਗੁਰੂ ਸਾਹਿਬ ਨੂੰ ਪਹਿਲਾਂ ਮੈਸੇਜ ਆ ਜਾਂਦਾ ਸੀ ਤਿਆਰੀ ਕਰ ਲੋ ਜੀ ਹੂੰ ਆਪਾਂ ਜਾਣਾ ਹੂੰ ਉਹ ਕਿੱਥੇ ਲੜਾਈ ਹੋਈ ਸਾਡੀ ਜੇ ਸਾਡੇ ਨਾਲ ਉਹਨਾਂ ਨੇ ਪੰਗੇ ਪੋਏ ਤੇ ਬ੍ਰਾਹਮਣਵਾਦੀ ਤਾਕਤਾਂ ਨੇ ਪੋਏ ਹੂੰ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਾਇਆ ਤੇ ਬ੍ਰਾਹਮਣਾਂ ਨੇ ਸ਼ਹੀਦ ਕੀਤਾ ਹੂੰ रिष्टानियां ਉਹਦੇ ਕੰਨ ਚੁੱਕਦੇ ਕਿਉਂਕਿ ਇਹ ਜਿਹੜੇ ਇਹ ਹਮੇਸ਼ਾ ਤਾਕਤਾਂ ਦੇ ਐਡਵਾਈਜ਼ਰ ਰਹੇ ਨੇ ਭਾਵੇਂ ਮੁਗਲਾਂ ਭਾਵੇਂ ਅੰਗਰੇਜ਼ਾਂ ਤੇ ਐਡਵਾਈਜ਼ਰ ਹੀ ਰਹੇ ਨੇ ਬ੍ਰਾਹਮਣਿਕਲ ਫੋਰਸ ਸੀ ਹੂੰ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਉਦੋਂ ਵੀ ਹਾਂ ਡੋਗਰੇ ਖਾਗੇ ਹੂੰ ਹੂੰ ਡੋਗਰੇ ਕੋ ਸਿੱਖਤਾ ਹੀ 7% ਸੀ ਹੂੰ 6-7% ਨਾਲ ਤਾਂ ਨਹੀਂ ਰਾਜ ਹੁੰਦਾ ਨਾ ਹੂੰ ਹੂੰ ਤੁਹਾਨੂੰ ਨਾਲ ਲੈ ਕੇ ਰਾਜ ਕਰਨਾ ਪੈਣਾ ਸੀ ਮੁਸਲਮਾਨਾਂ ਨਾਲ ਲੈ ਕੇ ਰਾਜ ਕਰਨਾ ਕਿਉਂਕਿ ਪੰਜਾਬ ਡੋਮਿਨੇਟਿਡ ਸੀ ਮੁਸਲਮਾਂ ਦੀ ਕਾਫੀ ਆਬਾਦੀ ਸੀ ਉੱਥੇ ਵੱਡੀ ਆਬਾਦੀ ਸੀ ਤੇ ਇਸ ਕਰਕੇ ਇਹ ਸਾਰਾ ਜਿਹੜਾ ਸਿਲਸਿਲਾ ਹੋਇਆ ਮੈਂ ਤਾਂ ਇਹਨਾਂ ਨੂੰ ਇਹੀ ਕਾਂਗਾ ਕਿ ਇਹਨਾਂ ਨੇ ਬੜਾ ਸੇ ਕੌਮ ਦਾ ਕਾਨੂੰ ਕੀਤਾ ਔਰ ਇੱਕ ਸੇ ਕੌਮ ਇਹਨਾਂ ਨੂੰ ਕਦੀ ਬਖਸ਼ ਨਹੀਂ ਸਕਦੀ ਕੀ ਫਿਊਚਰ ਦੇਖਦੇ ਹਾਂ ਅੱਜ ਅਕਾਲੀ ਦਲ ਦੇ ਵਿੱਚ ਜਿਹ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹਿੰਦੇ ਜਿਹੜੇ ਹੋਰ ਅੱਗੇ ਉਹਨਾਂ ਦੇ ਸਰਪ੍ਰਸਤ ਨੇ ਕੀ ਉਹ ਅੱਗੇ ਇਸ ਅਕਾਲੀ ਦਲ ਨੂੰ ਅੱਗੇ ਵਧਾ ਸਕਣਗੇ ਜਾਂ ਲੋਕ ਇੰਨੇ ਕੁ ਜਾਗਰੂਕ ਹੋ ਗਏ ਕਿ ਹੁਣ ਅਕਾਲੀ ਦਲ ਦੁਆਰਾ ਤੋਂ ਸਰਕਾਰ ਬਣਾ ਪਾਊਗਾ ਜਾਂ ਅੱਗੇ ਆ ਸਕੂਗਾ ਇਹ ਅਕਾਲੀ ਦਲ ਤਾਂ ਨਹੀਂ ਬਣਾ ਸਕਦਾ ਹਮ ਲੇਕਿਨ ਪਾਰਟੀ ਤਾਂ ਸਮਝਾਈਦੀ ਹੈ ਹਮ ਅਕਾਲੀ ਦਲ ਤਾਂ ਸਾਨੂੰ ਚਾਹੀਦਾ ਹਮ ਲੋਕੀ ਇਹਨਾਂ ਨੂੰ ਰਿਪਲੇਸ ਕਰਕੇ ਕੋਈ ਛੋਟ ਸਾਰ ਪਰਗਾ ਢਾਂਜਾ ਖੜਾ ਕਰ ਲੈਣ ਉਹੋ ਜਿਹਾ ਪ੍ਰਧਾਨ ਲੈ ਆਉਣ ਹਮ ਕਿਉਂਕਿ ਪੰਜਾਬ ਮੀਨ ਸਿੱਖ ਮੀਨ ਦੇ ਪਾਰਟੀ ਹਮ ਅੱਜਕਲ ਪਾਵਰ ਤੇ ਤੁਸੀਂ ਰਹਿਣਾ ਤੇ ਜਦ ਤੱਕ ਤੁਸੀਂ ਡੈਮੋਕ੍ਰੈਟਿਕ ਪਾਵਰ ਤੇ ਨਹੀਂ ਆਂਦੇ ਇਹਦੇ ਵਿੱਚ ਵੋਟਾਂ ਚ ਨਹੀਂ ਆਂਦੇ ਹਮ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਭਾਵੇਂ ਤੁਸੀਂ ਲੱਖ ਛਿੱਧੀਆਂ ਪਾ ਲੋ ਭਾਵੇਂ ਲੱਖ ਤੁਹਾਡੇ ਬੰਦੀ ਸਿੰਘ ਬਣ ਜਾਣ ਲੱਖਾਂ ਦੇ ਤੁਸੀਂ ਮਰਡਰ ਕਰ ਦਿਓ ਲੀਡਰਾਂ ਦੇ ਤੁਹਾਡਾ ਕੁਝ ਨਹੀਂ ਵਟਿਆ ਜਾਂਦਾ ਜਦ ਤੱਕ ਤੁਸੀਂ ਪੋਲਿਟਿਕਸ ਦੇ ਵਿੱਚ ਨਹੀਂ ਆਂਦੇ ਕਿਉਂਕਿ ਹੁਣ ਦੇਖੋ ਜਿਵੇਂ ਸੈਂਟਰ ਸਰਕਾਰ ਹੈ ਮੋਦੀ ਸਾਹਿਬ ਨੇ 2024 ਦੀ ਤਿਆਰੀ ਕਰ ਰਹੀ ਹੈ ਔਰ ਉਹਨਾਂ ਨੂੰ ਪਤਾ ਲੱਗ ਰਿਹਾ ਹੈ ਕਿ ਅਸੀਂ 60 70 ਤੋਂ ਉੱਪਰ ਨਹੀਂ ਲੱਭਦੇ ਹਮ ਅਗਰ ਤੁਸੀਂ ਇੱਥੇ 8 ਸੀਟਾਂ ਵੀ ਲੈ ਜਾਂਦੇ ਜੇ ਹਮ ਤੇ ਤੁਹਾਡੀ ਉੱਥੇ ਸੇ ਬਣਦੀ ਹੈ ਹਮ ਤੁਸੀਂ ਡਿਕਟੇਸ਼ਨ ਦਿੰਦੇ ਜੇ ਕਿ ਸਾਡੇ ਸੂਬੇ ਨੂੰ ਆ ਚਾਹੀਦਾ ਅਦਰਵਾਇਜ਼ ਆਪਾਂ ਤਾਂ ਤੁਹਾਡੀ ਸਰਕਾਰ ਤੋੜਦੇ ਹਮ ਬਾਕੀ ਪਾਰਟੀਆਂ ਇਹੀ ਕਰਦੀਆਂ ਤਮਨ ਨਾਡੂ ਵਾਲੇ ਇਹੀ ਕਰਦੇ ਰਹੇ ਮਨਮੋਹਨ ਸਿੰਘ ਨੂੰ ਹਮ ਡਿਕਟੇਟਰ ਕਰਕੇ ਚਲਾਉਂਦੇ ਰਹੇ ਨੇ ਕਾਮਰੇਡ ਜੀਡੀਐਸ ਕੀ ਉਹਨਾਂ ਦੇ ਰੋਕੇਸ਼ਨ ਸੰਜੀਤ ਉਹ ਬਾਦਸ਼ਾਹ ਜਿਹਾ ਕਿੰਗ ਮਿਕਰ ਵੀ ਕਿਹਾ ਜਾਂਦਾ ਰਿਹਾ ਉਹਨਾਂ ਨੂੰ ਹਾਂਜੀ ਕਿੰਗ ਮਿਕਰ ਵੀ ਕਿਹਾ ਕਿੰਗ ਮਿਕਰ ਹੋਈ ਮਤਲਬ ਉਹ ਉਹਨੂੰ ਪਤਾ ਹੈ ਮੇਰੇ 340 ਐਮਪੀ ਨਾਲ ਜਦ ਮਰਜੀ ਤੋਰ 40 ਐਮਪੀ ਸੀ ਉਹਨਾਂ ਦੇ ਜਦ ਮਰਜੀ ਮੈਂ ਸਰਕਾਰ ਤੋਰ ਸਕਦਾ ਹੂੰ ਸੋ ਇਲੈਕਟ੍ਰੋਨਿਕ ਪੋਲਿਟਿਕਸ ਤੋਂ ਬਿਨਾ ਅੱਜ ਦੇ ਜਮਾਨੇ 'ਚ ਕੋਈ ਡਿਕਟੇਟਰ ਤਾਂ ਹੈ ਨਹੀਂ ਤੁਹਾਡਾ ਕੋਈ ਵਾਲੀ ਬਾਤ ਨਹੀਂ ਹੈ ਹੂੰ ਸੋ ਸਿੱਖਾ ਨੂੰ ਇੱਕ ਪਾਰਟੀ ਦਾ ਆਏ ਕਿ ਨਿਕਲੇਗਾ ਕੁਝ ਨਾ ਕੁਝ ਤਾਂ ਨਿਕਲੇਗਾ ਮਾਈਨਸ ਤਖਵੀਰ ਬਾਦਰ ਹੂੰ ਤੇ ਹੀ ਇਸ ਕਟੋਰੀ ਹੂੰ ਸੰਬਡੀ ਸ਼ੁੱਡ ਕਮ ਆ ਸਿੱਖਾ ਨੂੰ ਵਾਇਜ਼ ਹੋਣਾ ਚਾਹੀਦਾ ਵੀ ਇਹ ਲੱਖਾਂ ਜੂ ਸਟਨ ਹੂੰ ਲੱਖ ਲੈ ਲੀਆਂ ਪਾਨ ਇਹਨਾਂ ਨੂੰ ਨਾ ਮੂੰਹ ਲਾ ਲਿਆ ਜਿੱਥੇ ਕੈਪਟਨ ਸਾਹਿਬ ਜਦੋਂ 1992 ਦੇ ਵਿੱਚ ਇੱਕ ਮਾਹੌਲ ਸੀ ਪੰਜਾਬ ਦੇ ਵਿੱਚ ਕਿ ਸਰਕਾਰ ਬਣ ਸਕਦੀ ਸੀ ਜੇ ਸਿੱਖ ਚਾਹੁੰਦੇ ਪੰਜਾਬ ਦੇ ਲੋਕ ਚਾਹੁੰਦੇ ਪਰ ਉਸ ਵਕਤ ਖਾਨਸਨਾਨੀ ਤੇ ਰਾਂਬਲੋਂ ਵੀ ਬਾਈਕਾਟ ਦਾ ਸੱਦਾ ਆ ਜਾਂਦਾ ਬਾਦਲ ਸਾਹਿਬ ਵੱਲੋਂ ਵੀ ਬਾਈਕਾਟ ਦਾ ਸੱਦਾ ਆ ਜਾਂਦਾ ਕੀ ਵਜਾ ਰਹੀ ਵਜਾ ਰਹੀ ਜੀ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਸਰਕਾਰ ਕਹਿੰਦੀ ਬਣੂਗੀ ਜਿਹਨੂੰ ਸੈਂਟਰ ਤੇ ਸੈਂਟਰ ਦੀਆਂ ਏਜੰਸੀਆਂ ਚਾਹਣਗੀਆਂ ਉਹਦੀ ਹੀ ਸਰਕਾਰ ਬਣੇਗੀ ਉਹ ਸਿਮਰਨਜੀਤ ਮਾਨ ਅਕਾਲੀ ਦਲ ਉਦੋਂ ਸਿਖਰਾਂ ਤੇ ਸੀਗਾ ਨਵਾਂ ਨਵਾਂ ਛੁੱਟ ਗਿਆ ਸੀ ਮੈਂ ਸੈਕਟਰੀ ਜਨਰਲ ਸੀ ਪਾਰਟੀ ਦਾ ਸਾਡੀ ਪੂਰੀ ਤਿਆਰੀ ਸੀ ਵੀ ਇਲੈਕਸ਼ਨ ਲੜ ਕੇ ਸੀ ਸਰਕਾਰ ਬਣਾਉਣੀ ਹੈ। ਹੂੰ। ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਸੀ ਵੀ ਜੇ ਇਹਨਾਂ ਦੀ ਸਰਕਾਰ ਬਣ ਗਈ ਮੋੜ ਕੇ ਮੇਰਾ ਤਾਂ ਕਦੀ ਵਾਰੀ ਹੀ ਨਹੀਂ ਆਣੀ। ਹੂੰ। ਔਰ ਪ੍ਰਕਾਸ਼ ਸਿੰਘ ਬਾਦਲ ਨੇ ਲਖੋਵਾਲ ਬੱਬਰ ਸਾਰੇ ਮਿਲ ਕੇ ਇਹਨਾਂ ਦੇ ਥਰੂ ਬਾਈਕਟ ਕਰਵਾਇਆ। ਹੂੰ। ਬਾਈਕਟ ਬਾਦਲ ਸਾਹਿਬ ਨੇ ਕਰਵਾਇਆ। ਹੂੰ। ਇਹ ਮਿਲਨਾ ਆ ਗਏ ਲਖੋਵਾਲ ਸਿੰਘ ਵਦਾਵਾ ਬਬਰ ਸਿੰਘ ਤੇ ਪ੍ਰੋਫੈਸਰ ਬਲਜਿੰਦਰ ਸਿੰਘ ਖਾਲਸਾ ਕਾਲਜ ਵਾਲੇ ਹੂੰ ਉਹ ਵੀ ਬਬਰਾਂ ਦੇ ਐਡਵਾਈਜ਼ਰ ਸੀਗੇ ਹੂੰ ਇਹ ਤਿੰਨੇ ਮਾਨ ਨੂੰ ਮਿਲਣ ਆ ਗਏ 302 ਹਾਊਸ ਨੰਬਰ ਮਾਨ ਦੀ ਭੈਣ ਦਾ ਇੱਥੇ ਆਪਣਾ ਨੌਂ ਹੂੰ ਮੈਂ ਬਿਠਾਉ ਸੀ ਪਹਿਲਾਂ ਹੀ ਅੱਛਾ ਜੀ ਮਾਨ ਸਾਹਿਬ ਕੋਲੇ ਇਹ ਤਿੰਨੇ ਉੱਪਰ ਜਾੜਾ ਝੜ ਕੇ ਆ ਗਏ ਤੇ ਬਹਿ ਕੇ ਆ ਗਏ ਬਹਿ ਕੇ ਤੇ ਉੱਥੇ ਬਾਈਕਾਂ ਦੀ ਗੱਲ ਸ਼ੁਰੂ ਹੋ ਗਈ ਵਾਈ ਕੱਢਦੇ ਗੱਲ ਸ਼ੁਰੂ ਹੋ ਗਈ ਬਈ ਮੈਂ ਆ ਕੇ ਸਹੀ ਹੈਰਾਨ ਪਰੇਸ਼ਾਨ ਕਹਦੇ ਜੀ ਅਸੀਂ ਬਾਦਲ ਸਾਹਿਬ ਨੂੰ ਮਿਲਾਇਆ ਹੂੰ ਬਾਦਲ ਸਾਹਿਬ ਨੂੰ ਅਸੀਂ ਬੁਲਾ ਲਿਆ ਤੇ ਕਹਿੰਦਾ ਵੀ ਆਪਾਂ ਸਰਕਾਰ ਬਣਾ ਕੇ ਕਰਨਾ ਕੀ ਹੈ ਹੂੰ ਸਰਕਾਰ ਬਣਾ ਕੇ ਮੁੰਡੇ ਮਾਰੋਗੇ ਹੂੰ ਮੈਨੂੰ ਪਤਾ ਲੱਗ ਗਿਆ ਵੀ ਇਹਦਾ ਥਾਲਾ ਇੰਟੈਲੀਜੈਂਸ ਨੇ ਭੇਜਿਆ ਇਹਨਾਂ ਨੂੰ ਮੈਂ ਕਹਾਂ ਜੇ ਨਹੀਂ ਸਰਕਾਰ ਬਣਾਓਗੇ ਤੇ ਫਿਰ ਮੁੰਡਿਆਂ ਨੂੰ ਇਹ ਗੱਲ ਚਾਰ ਪਾਓਗੇ ਹੂੰ ਅਸੀਂ ਨਿਕਰਨਾ ਬਾਈਕਟ ਸਰਕਾਰ ਦੀ ਲਾਈਨ ਲੈ ਕੇ ਆ ਰਹੇ ਹਾਂ ਪ੍ਰੋਫੈਸਰ ਨੂੰ ਮੈਂ ਜਾਣਦਾ ਸੀ ਹੂੰ ਮੈਂ ਕਹਾਂ ਵਰਜਿੰਦਰ ਸਰਕਾਰ ਦੀ ਲਾਈਨ ਲੈ ਕੇ ਆ ਰਹੇ ਜੀ ਹੂੰ ਉਹ ਤਾਂ ਮੈਨੂੰ ਪਤਾ ਨਹੀਂ ਸੀ ਵੀ ਇਹ ਵਧਾਵਾ ਕਿਉਂਕਿ ਮੈਂ ਜਾਣਦਾ ਬਾਈਕਟ ਸੈਂਟਰ ਦੇ ਹੱਕ ਚ ਸੀ ਬਾਦਲ ਦੇ ਹੱਕ ਚ ਬਾਦਲ ਨੂੰ ਪਾਵਰ ਚ ਲਿਆਉਣਾ ਮਾਨ ਨੂੰ ਰੈਡੀਕਲ ਨੂੰ ਕਦੀ ਪਾਵਰ ਚ ਨਹੀਂ ਆਉਣ ਦੇਣਾ ਪਿੰਡਰਾਂ ਵਾਲੇ ਦੇ ਕਲਚਰ ਨੂੰ ਕਦੀ ਪਾਵਰ ਚ ਨਹੀਂ ਆਉਣ ਦੇਣਾ ਹੂੰ ਨਾ ਆਣ ਦਿੱਤਾ ਹੂੰ ਮਨਜੀਤ ਸਿੰਘ ਨੂੰ ਭਾਈ ਮਨਜੀਤ ਸਿੰਘ ਨੂੰ ਬਾਦਲ ਨੇ ਟਿਕਟ ਤੱਕ ਨਹੀਂ ਦਿੱਤੀ 10 ਸਾਲ ਰਾਜ ਰਿਆ ਹੂੰ ਐਵੇਂ ਛੋਟੀ ਜੀ ਚੇਅਰਮੈਨ ਦੇਤੀ ਬਸ ਹੂੰ ਮਤਲਬ ਇਹ ਹੈ ਕਿ ਉਸ ਕੱਲ ਨੂੰ ਤੁਸੀਂ ਪਾਵਰ ਚ ਨੇ ਆਂਦੇ ਨਾ ਉਹ ਤੋਂ ਲਾਲ ਕਿਤਾਬ ਚ ਲਿਖਿਆ ਉਹਨਾਂ ਸੈਂਟਰ ਚੋਂ ਕਿਤੇ ਹੂੰ ਤੇ ਉਹ ਫਿਰ ਆਏ ਤੇ ਉਹ ਉਹਨਾਂ ਨੇ ਭੁਇਆ ਵੀ ਇਹ ਕੈਪੈਨਸੀ ਤੋਂ ਸਾਡੀ ਗੱਲ ਨਹੀਂ ਚੱਲਣ ਦੇ ਰਿਆ ਹੂੰ ਕਹਿੰਦਾ ਜ ਤੁਹਾਡੇ ਕੱਲਿਆਂ ਨਾਲ ਗੱਲ ਕਰਨੀ ਹੈ ਹੂੰ ਤੇ ਮਾਨ ਨੂੰ ਚੋਕੇ ਅੰਦਰ ਲੈ ਗਏ ਹੂੰ ਅੱਛਾ ਇਹ ਤਾਂ ਮਾਨ ਨੂੰ ਚਾਹੀਦਾ ਸੀ ਕੱਲੇ ਕੀ ਹੈ ਮੇਰੇ ਨਾਲ ਤਾਂ ਬੈਠੇਗਾ ਹੀ ਬੈਠੇਗਾ ਮੇਰਾ ਸੈਕਟਰੀ ਜਨਰਲ ਦਾ ਹੂੰ ਇਹ ਵੀ ਬੜਾ ਸ਼ੌਕ ਨਾਲ ਗਿਆ ਵੀ ਮੇਰੇ ਕੱਲਿਆਂ ਨਾਲ ਗੱਲ ਕਰਨੀ ਹੈ ਉਹਨਾਂ ਨੇ ਅੰਦਰ ਜਾ ਕੇ ਉਹਨੂੰ ਦਬਕਾ ਦੋਕਾ ਮਾਰਿਆ ਹੂੰ ਦਬਕਾ ਮਾਰਿਆ ਤੇ ਭਾਈ ਸਾਹਿਬ ਬਾਹਰ ਆਏ ਹੂੰ ਕਹਿੰਦਾ ਜੀ ਬਾਈਕਾਟ ਹੈ ਜੀ ਆਪਾਂ ਨੂੰ ਬਾਈਕਾਟ ਸਰਦਾਰ ਜੀ ਕਰਨਾ ਹੀ ਪਾਏਗਾ ਮੈਂ ਕਿਹਾ ਬਹਿ ਗਿਆ ਪਠਾ ਫਿਰ ਪੰਜਾਬ ਦਾ ਬਸ ਹੁਣ ਅਸੀਂ ਬਾਦਲ ਸਾਹਿਬ ਕੋਲ ਚੱਲੇ ਆਂ ਜੀ ਤੁਹਾਡੇ ਕੋਲ ਓਕੇ ਹੋ ਗਿਆ ਜੀ ਬਾਦਲ ਸਾਹਿਬ ਨੂੰ ਅਸੀਂ ਚੱਲੇ ਆਂ ਜੀ ਓਕੇ ਕਰਾ ਕੇ ਫਿਰ ਆਪਾਂ ਨੇ ਪਰਸੋਂ ਤੁਸੀਂ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਖਾਲਸਾਤ ਆਪਣਾ ਖਾਲਸਾ ਸੰਘ ਕਹਿੰਦੇ ਆਂ ਆਪਣਾ ਬਾਈਕਾਟ ਡਿਕਲੇਅਰ ਕਰ ਦਿਓ ਲਓ ਜੀ ਬਾਦਲ ਸਾਹਿਬ ਕੋਲ ਜਾ ਕੇ ਫਿਰ ਆਗੇ ਲਓ ਜੀ ਬਾਦਲ ਸਾਹਿਬ ਓਕੇ ਆ ਜੀ ਤੇ ਲੁਧਿਆਣੇ ਚ ਗੁਰਦੁਆਰਾ ਸਾਹਿਬ ਦੁਖਨਵਾਰ ਵਿੱਚ ਮੀਟਿੰਗ ਰੱਖ ਲਈ ਗਈ ਤੇ ਉਥੇ ਆਪਣਾ ਮੀਟਿੰਗ ਕਰਕੇ ਉਥੇ ਖਾਲਸਤਾਨ ਜਿਹੜਾ ਸੀ ਆਪਣਾ ਜਿਹੜਾ ਬਾਈਕਾਡ ਦੇਣਾ ਸੀ ਉਹ ਡਿਕਲੇਅਰ ਕਰ ਦਿੱਤਾ ਗਿਆ ਹੂੰ ਤੇ ਬਾਈਕਾਡ ਦਾ ਡਿਕਲੇਅਰ ਕਰਨਾ ਮਤਲਬ ਸੀ ਕਿ ਕਾਂਗਰਸ ਦੇ ਹੱਥੇ ਸਰਕਾਰ ਦੇਣੀ ਕਿਉਂਕਿ ਜੇ ਤੁਸੀਂ ਲੜਨਾ ਹੀ ਨਹੀਂ ਤੇ ਉਹਨਾਂ ਦੀ ਸਰਕਾਰ ਬਣਨੀ ਮੰਨੀ ਹੈ ਹੂੰ ਉਹ ਕਹਿੰਦੇ ਇਹਨਾਂ ਦਾ ਇੱਕ ਸਮਝੌਤਾ ਬਾਲ ਸਿੰਘ ਸਾਹਿਬ ਦਾ ਇਹ ਹੋਇਆ ਵੀ ਮੈਂ ਤਾਂ ਆਪਾਂ ਦੇ ਚਲੋ ਪਾਵਰ ਤੁਹਾਨੂੰ ਲੈ ਆਈਏ ਪਹਿਲੀ ਗੱਲ ਤਾਂ ਤੁਸੀਂ ਆਣਾ ਨਹੀਂ ਮਾਨ ਨੇ ਆਣਾ ਹੂੰ ਫੇ ਤੁਹਾਡਾ ਖਲਾਹ ਤੁਹਾਨੂੰ ਪਾਵਰ ਮਿਲਨੀ ਕੋਈ ਨਹੀਂ ਇੱਕ ਰਿਮਾਨ ਆ ਗਿਆ ਪਾਵਰ ਕੀ ਪਤਾ ਖਾਣੀ ਕਿੱਧਰ ਨੂੰ ਜਾਂਦੀ ਹੈ ਕੋਈ ਬਲੂਪ੍ਰਿੰਟ ਨਹੀਂ ਬਲੂਪ੍ਰਿੰਟ ਨਹੀਂ ਹੈਗਾ ਤੇ ਇਸ ਕਰਕੇ ਤੁਸੀਂ ਬਾਈਕਾਟ ਕਰਾਓ ਤੇ ਉਸ ਤੋਂ ਬਾਅਦ ਅਸੀਂ ਮੁੰਡੇ-ਮੁੰਡੇ ਮਾਰ ਕੇ ਸਾਫ ਕਰਾਂਗੇ ਤੁਹਾਡੇ ਹੱਥੇ ਸਰਕਾਰ ਪੜਾ ਦੇਗੇ ਮਾਨ ਨੂੰ ਵਾਰਨ ਆਊਟ ਕਰ ਦੇਵਾਂਗੇ ਜਦ ਤੱਕ ਆਪਾਂ ਮਾਨ ਦਾ ਜਲੂਸ ਕੱਢ ਦੇਾਂਗੇ ਕਿਉਂਕਿ মিডিਆ ਸਾਰਾ ਉਹਨਾਂ ਕੋਲ ਪਾਵਰ ਉਹਨਾਂ ਕੋਲ ਜਿਵੇਂ ਮਰਜ਼ੀ ਪਲਾਨ ਕਰਕੇ ਖਬਰ ਜਲੂਸ ਗੱਡੀ ਚੱਲੋ ਤੇ ਉਹ ਉਹੀ ਗੱਲ ਹੋਈ ਵੀ ਮੁੰਡੇ ਉਹਨਾਂ ਨੇ 1.5 ਲੱਖ ਸਾਡੇ ਸ਼ਹੀਦ ਕਰ ਦਿੱਤੇ ਉਹ ਸਮੇਤ ਰੌਣ 1.5 ਲੱਖ ਦੇ ਕਰੀਬ ਸਿੱਕਾਂ ਦਾ ਇਹ ਜਿੰਨ ਮੁਕਾਬਲੇ ਸਾਰਾ ਮਾਲਵਾ ਤਾਂ तकरीबन तकरीबन ਘਰਾਂ ਜੋ ਘਰੀ ਖਾਲੀ ਹੋ ਗਏ ਹੂੰ ਉਹ 20-25 ਹਜ਼ਾਰ ਤਾਂ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਜਲਾਈਆਂ ਗਈਆਂ ਹੂੰ ਉਹ ਤਾਂ ਖਾਦਰਾ ਸਾਹਿਬ ਹੀ ਲਿਸਟ ਲਈ ਫਿਰਦੇ ਸੀ ਹੂੰ ਇੱਕ ਸ਼ਮਸ਼ਾਨ ਘਾਟ ਦੀ ਦੋ ਸ਼ਮਸ਼ਾਨ ਘਾਟ ਦੀ ਹੂੰ ਇਮੇਜਨ ਕਰ ਲੋ ਵੀ ਦਰਿਆਵਾਂ ਚ ਕਿੰਨੇ ਸਟੇ ਹੂੰ ਲੰਬੇ ਨਹੀਂ ਅਜੇ ਤੱਕ ਅਕੜੇ ਤੋਂ ਵੱਡੇ ਹੋ ਸਕਦੇ ਹੋ ਸਕਦੇ ਆ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਬਾਰਨ ਸਾਹਿਬ ਨੂੰ ਫੇਰ ਲਿਆ ਕੇ ਬਿਠਾਤਾ ਤੇ ਬਾਦਲ ਸਾਹਿਬ ਨੇ ਬੰਦੇ ਨਾਲ ਹੀ ਆ ਜਾਵੇ ਤੂੰ ਕਿੰਨੇ ਮਾਰੇ ਚੱਲ ਮੇਰਾ ਡੀਜੀਪੀ ਹੂੰ ਤੂੰ ਕਿੰਨੇ ਮਾਰੇ ਚੱਲ ਤੂੰ ਮੇਰਾ ਫਲਾਣਾ ਹੂੰ ਉਹਨਾਂ ਨੇ ਨਮਾਜ਼ਾਂ ਜਿਨ੍ਹਾਂ ਸਾਡੇ ਸਾਡੇ ਦੇ ਕਤਲੇਆਮ ਕੀਤਾ ਜਿਨ੍ਹਾਂ ਜਿਨੇ ਵੱਧ ਮੁਕਾਬਲੇ ਕੀਤੇ ਉਹਨੇ ਵੱਧ ਸਟਾਰ ਉਹਨੇ ਵੱਧ ਸਟਾਰ ਹੂੰ ਉਹ ਤਾਂ ਸਾਰਾ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਹੋਇਆ। ਹੂੰ। ਔਰ ਰੱਬ ਨੇ ਸਾਨੂੰ ਐਨੀ ਕਿਰਪਾ ਰੱਖੀ ਕਿ ਸਾਨੂੰ ਉਹਨੇ ਮੌਕਾ ਦਿੱਤਾ ਕਿ ਆ ਦੇਖ ਲੋ ਤੁਹਾਡੇ ਸਾਹਮਣੇ ਤੇ ਲੋਕਾਂ ਨੂੰ ਦੱਸ ਕੇ ਜਾਇਆ ਜੇ ਮਰਨ ਤੋਂ ਪਹਿਲਾਂ। ਹੂੰ। ਤੁਸੀਂ ਸੱਚ ਦੱਸ ਰਹੇ ਹੋ ਅੱਜ। ਹਮੇਸ਼ਾ ਹੀ ਸੱਚ ਦੱਸਿਆ। ਹੂੰ। ਧੰਨਵਾਦੀ ਸਮਾਂ ਦੇਣ ਲਈ। ਇਸਨ ਕੈਪਟਨ ਚੰਨਣ ਸਿੰਘ ਜੀ ਜਿੰਨੇ ਨੇ ਬੜੇ ਵਿਸਥਾਰ ਦੇ ਵਿੱਚ ਪੰਜਾਬ ਦੇ ਵਿੱਚ ਬਾਦਲ ਸਰਕਾਰ ਦਾ ਕੀ ਰੋਲ ਲਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਕੀ ਰੋਲ ਰਿਹਾ ਕੀ ਵਾਕਈ ਉਹ ਬਾਬਾ ਬੋੜ ਪੰਜਾਬ ਦੇ ਸੀ ਇਹਨਾਂ ਸਾਰੀਆਂ ਗੱਲਾਂ ਨੂੰ ਬੜੇ ਖੁੱਲ ਕੇ ਜਿਹੜਾ ਚਰਚਾ ਅੱਜ ਹੋਈ ਹੈ ਤੇ ਬਾਕੀ ਦਰਸ਼ਕਾਂ ਤੇ ਛੱਡਦੇ ਆ ਤੁਸੀਂ ਕਿਦਾਂ ਦੇਖਦੇ ਹੋ ਸਾਰੇ ਵਰਤਾਰੇ ਨੂੰ ਇਸ ਸਮੇਂ ਦੌਰਾਨ ਪੰਜਾਬ ਦੇ ਹੋਏ ਨੁਕਸਾਨ ਨੂੰ ਜਾਂ ਪੰਜਾਬ ਨੂੰ ਜੋ ਫਾਇਦਾ ਹੋਇਆ ਉਹਨੂੰ ਕਿਦਾਂ ਦੇਖਦੇ ਹੋ ਉਹ ਕਮੈਂਟਸ ਦੇ ਵਿੱਚ ਜਰੂਰ ਦੱਸਿਓ ਜੜੇ ਰਹੋ ਰੇਡੀਓ ਸਪਾਈਸ ਦੇ ਨਾਲ ਮੈਂ ਕਰਨ ਸਿਖਾ ਕੈਮਰਾਮੈਨ rahul ਦੇ ਨਾਲ ਧੰਨਵਾਦ